ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਣ ਕੁਚੱਜੀ ਆ ਮਾਂਡੋ ਸੜੇ ਹਾਂ ਕਿਉਂ ਸ਼ਹਿ ਰਾਵਣ ਜਾਉ ਜਿਉ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜਿਉ ਜਿਨੇ ਸਖੀ ਸ਼ਹਿਰਾਵਿਆ ਸੇ ਅੰਬੀ ਸ਼ਾਵੜੀਏ ਜਿਉ ਸੇ ਗੁਣ ਮੰਜ ਨਾ ਆਵਨੀ ਹਾਂ ਕਹਿਜੀ ਦੋਸ਼ ਧਰੇਉ ਜਿਉ ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜਿਉ ਇਕ ਟੋਲ ਨਾ ਅੰਬੜਾ ਹਉ ਸਾਧ ਕੁਰਬਾਨੈ ਤੇਰੇ ਜਾਉ ਜਿਉ ਸੋਇਨਾ ਰੂਪਾ ਰੰਗੂਲਾ ਮੋਤੀ ਤੈ ਮਾਨਕ ਜਿਓ ਸੇ ਵਸਤੂ ਸ਼ੈਦ ਤੀਆਂ ਮੈਂ ਤਿੰਨ ਸਿਓ ਲਾਇਆ ਚਿਤ ਜਿਓ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾਸ ਜਿਓ ਹਾਉ ਐਨੀ ਟੋਲੀ ਭੁੱਲਿਐਸ ਤੇ ਸਕੰਤ ਨਾ ਬੈਠੀ ਪਾਸ ਜਿਓ ਅੰਬਰ ਕੁੰਜਾਂ کرلੀਆਂ ਬਗ ਬੈਠੇ ਆਏ ਜਿਓ ਸਾ ਧਨ ਚੱਲੀ ਸਹੁਰੈ ਕਿਆ ਮੂੰ ਦੇਸੀ ਅੱਗੇ ਜਾਏ ਜਿਓ ਸੁਤੀ ਸੁਤੀ ਝਾਲ ਥਿਆ ਭੁੱਲੀ ਵਟ ਡਿਆਸ ਜਿਓ ਤੇਸ਼ ਨਾਲੋਂ ਮੁੱਤੀਸ ਦੁਖਾਂ ਕੂੰ ਧਰਿਆਸ ਜਿਓ ਤਦ ਗੁਣ ਮੈਂ ਸਭ ਅਵਗਾਣਾ ਇਕ ਨਾਨਕ ਕੀ ਅਰਦਾਸ ਜਿਓ ਸਭ ਰਾਤੀ ਸੁਹਾਗਣੀ ਮੈਂ ਡੋਹਾਗਣ ਕਾਈ ਰਾਤ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਸਿੱਖ ਧਰਮ ਦੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਜਿਸ ਦਾ ਆਪਾਂ ਪਾਠ ਸਰਵਣ ਕੀਤਾ ਹੈ 762 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏਮਾਨ ਹੈ ਸ਼ਬਦ ਦਾ ਸਰਲੇਖ ਹੈ ਰਾਗ ਸੂਹੀ ਸੁਹੀ ਰਾਗ ਵਿੱਚ ਸ਼ਬਦ ਹੈ ਮਹਲਾ ਪਹਿਲਾ ਪਹਿਲੇ ਸਰੀਰ ਦੁਆਰਾ ਉਚਾਰਨ ਕੀਤਾ ਪਾਉ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੈ ਕੁਚੱਜੀ ਇਸ ਸ਼ਬਦ ਦਾ ਸਰਲੇਖ ਹੈ ਕੁਚੱਜੀ ਦਾ ਅਰਥ ਹੈ ਜਿਸ ਨੂੰ ਚੱਜਣਾ ਹੋਵੇ ਜਿਹਨੂੰ ਜ਼ਿੰਦਗੀ ਜੂਣ ਦਾ ਤਰੀਕਾ ਨਾ ਆਉਂਦਾ ਹੋਵੇ ਕੁਝਾਪਨ ਗੁਰਦੇਵ ਜੀ ਨੇ ਇਸ ਸ਼ਬਦ ਵਿੱਚ ਜੋ ਕੁਚੱਜੇਪਨ ਦਾ ਜ਼ਿਕਰ ਕੀਤਾ ਹੈ ਕਿ ਕਿਹੜਾ ਉਹ ਕੁਚਜ ਹੈ ਜਿਸ ਕਰਕੇ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਸੱਚ ਦਾ ਆਨੰਦ ਨਹੀਂ ਮਾਣ ਰਹੇ ਫਿਰ ਇਸ ਤੋਂ ਬਾਅਦ ਅਗਲਾ ਸ਼ਬਦ ਹੈ ਸੁਚੱਜੀ ਉਸ ਕੁਚਜ ਨੂੰ ਸੁਚੱਜ ਵਿੱਚ ਕਿਸ ਤਰ੍ਹਾਂ ਅਸੀਂ ਤਬਦੀਲ ਕਰਨਾ ਹੈ ਕਿਦਾਂ ਅਸੀਂ ਗੁਰੂ ਦੀ ਪਿਆਰੀ ਸਿੱਖਿਆ ਲੈ ਆ ਕੇ ਆਪਣੇ ਜੀਵਨ ਨੂੰ ਖੂਬਸੂਰਤ ਤਰੀਕੇ ਨਾਲ ਜਿਉਣਾ ਹੈ ਆਮ ਸ਼ਬਦਾਂ ਵਿੱਚ ਆਪਾਂ ਵੇਖਿਆ ਇਹ ਸ਼ਬਦ ਵਿੱਚ ਰਹਾਉ ਦਾ ਬੰਦ ਆਉਂਦਾ ਹੈ ਇੱਕ ਵਾਰ ਵੀ ਆਉਂਦਾ ਹੈ ਦੋ ਵਾਰ ਵੀ ਆਉਂਦਾ ਹੈ ਤਿੰਨ ਚਾਰ ਵਾਰ ਵੀ ਆਉਂਦਾ ਹੈ ਪਰ ਇਸ ਸ਼ਬਦ ਵਿੱਚ ਕੋਈ ਰਹਾਉ ਦਾ ਬੰਦ ਨਹੀਂ ਸਗੋਂ ਇਹ ਪੂਰਾ ਸ਼ਬਦ ਹੀ ਇੱਕ ਬੰਦ ਹੈ ਇਦਾਂ ਦੇ ਸ਼ਬਦ ਜਿਨ੍ਹਾਂ ਦਾ ਵਿੱਚ ਕੋਈ ਰਹਾਉ ਦਾ ਬੰਦ ਨਹੀਂ ਉਹ ਸ਼ਬਦ ਆਪਣੇ ਆਪ ਚ ਹੀ ਕੰਪਲੀਟ ਇੱਕ ਬੰਦ ਹੁੰਦਾ ਹੈ ਕਈ ਵਣਗੀ ਵਾਲੇ ਸ਼ਬਦ ਸਾਨੂੰ ਇਦਾਂ ਦੇ ਮਿਲ ਜਾਣਗੇ ਜਿਵੇਂ ਪਾਂਡਾ ਹਸ਼ਾ ਸੋਏ ਜੋਤ ਸੁਭਾਵਸੀ ਪਾਂਡਾ ਤਮਲੀਨ ਤੋਤਾ ਹਸ਼ਾ ਨਾ ਹੋਈ ਸੀ ਉਹਦੇ ਵਿੱਚ ਵੀ ਨਾਕੁਰ ਹਾਉਦਾ ਬੰਦ ਐ ਸਗੋਂ ਸਾਰਾ ਸ਼ਬਦ ਜਦੋਂ ਸਮਾਪਤ ਹੁੰਦਾ ਹੈ ਪਿੱਛੇ ਜਾ ਕੇ ਰਹਾਉਦਾ ਬੰਦ ਹੋਂ ਪਿੱਛੇ ਜਾ ਕੇ ਇੱਕ ਅੰਕ ਲਿਖਿਆ ਹੁੰਦਾ ਹੈ ਪਾਓ ਪੂਰੇ ਸ਼ਬਦ ਜਿੱਥੇ ਜਾ ਕੇ ਗਿਣਤੀ ਮੁੱਕਦੀ ਹੈ ਇਦਾਂ ਇਹ ਸ਼ਬਦ ਵਿੱਚ ਅਖੀਰਤ ਜਾ ਕੇ ਇੱਕ ਅੰਕ ਹੈ ਤਾਂ ਇਸ ਸ਼ਬਦ ਨੂੰ ਆਪਾਂ ਜਦੋਂ ਵਿਚਾਰਾਂਗੇ ਗੁਰਦੇਵ ਜੀ ਨੇ ਬਹੁਤ ਸੋਹਣਾ ਪਖ ਪੇਸ਼ ਕੀਤਾ ਹੈ ਪਹਿਲਾ ਪੱਖ ਇਹ ਉਹ ਜੀਵ ਇਸਤਰੀਆਂ ਨੇ ਜਿਹੜੀਆਂ ਜੀਵ ਇਸਤਰੀਆਂ ਨੇ ਸੱਚ ਦੀ ਪ੍ਰਾਪਤੀ ਕੀਤੀ ਹੈ ਪ੍ਰਭੂ ਪ੍ਰਮਾਤਮਾ ਦੇ ਨਾਲ ਸਾਂਝ ਪਾ ਕੇ ਉਹ ਸੱਚ ਵਾਲਾ ਜੀਵਨ ਜੂਕੇ ਉਹ ਆਪਣੀ ਜ਼ਿੰਦਗੀ ਵਿੱਚ ਇਦਾਂ ਠੰਡਕ ਮਹਿਸੂਸ ਕਰਦੀਆਂ ਨੇ ਜਿਵੇਂ ਅਤਿ ਦੀ ਗਰਮੀ ਦੇ ਵਿੱਚ ਅਤਿ ਦੀ ਚਮਾਸੇ ਜਦੋਂ ਲੱਗਦੇ ਨੇ ਉਦੋਂ ਧੁੱਪ ਦਾ ਸਤਾਇਆ ਹੋਇਆ ਬੰਦਾ ਜਦ ਨੂੰ ਕਿਤੇ ਉਹਨੂੰ ਅੰਬਾਂ ਦੀ ਸੰਘਣੀ ਛਾਂ ਮਿਲ ਜਾਏ ਤੂੰ ਕਿਦਾਂ ਰਾਹਤ ਮਹਿਸੂਸ ਕਰਦਾ ਹੈ ਜਿਵੇਂ ਉਹਨੂੰ ਠੰਡਕ ਮਹਿਸੂਸ ਹੁੰਦੀ ਹੈ ਇਹ ਕੋ ਜੀਵ ਇਸਤਰੀਆਂ ਨੇ ਜਿਹੜੀਆਂ ਸਦਾ ਸੁਹਾਗਣਾ ਬਣ ਕੇ ਜੀਵਨ ਜਿਉਂਦੀਆਂ ਨੇ ਤੇ ਉਹ ਅੰਬਾਂ ਦੀ ਠੰਡੀ ਛਾਂ ਵਰਗਾ ਹਮੇਸ਼ਾ ਹੀ ਉਹ ਨਜ਼ਾਰਾ ਲੈਂਦੀਆਂ ਨੇ ਪਾਵਾ ਆਪਣੀ ਜ਼ਿੰਦਗੀ ਵਿੱਚ ਸਦਾਚਾਰੀ ਜੀਵਨ ਜਿਉਂਦੇ ਨੇ ਉਹ ਜੀਵ ਇਸਤਰੀਆਂ ਜਿਹੜੀਆਂ ਸੱਚ ਦੀ ਪ੍ਰਾਪਤੀ ਕਰਕੇ ਸਦਾ ਖਿੜੇ ਜੀਵਨ ਵਿੱਚ ਰਹਿੰਦੀ ਆ। ਦੂਜਾ ਪੱਖ ਪੇਸ਼ ਕੀਤਾ ਕਿ ਜੇ ਉਹ ਸੁਹਾਗਣਾ ਬਣ ਕੇ ਜੀਵਨ ਜੁੰਦਿਆਂ ਨੇ ਮੇਰੇ ਵਿੱਚ ਉਹ ਗੁਣ ਕਿਉਂ ਨਹੀਂ? ਤੇ ਮੈਂ ਇਹਦਾ ਦੋਸ਼ ਉਸ ਮਾਲਕ ਨੂੰ ਨਹੀਂ ਦੇ ਸਕਦੀ। ਉਹਦੇ ਕਰਕੇ ਮੈਂ ਇਹ ਨਹੀਂ ਕਹਿ ਸਕਦੀ ਸਾਰੇ ਔਗਣ ਉਹਦੇ ਨੇ। ਉਹ ਤਾਂ ਗੁਣਾ ਦਾ ਮਾਲਕ ਹੈ। ਮੇਰੇ ਆਪਣੇ ਵਿੱਚ ਦੋਸ਼ ਨਹੀਂ। ਮੰਜ ਕੁਛ ਜੀ ਮੈਂ ਕੁਛ ਜੀ ਆ। अमावण ਤੇ ਮੈਂ ਕੁਛ ਜੀ ਵੀ ਇੰਨੀ ਕਾ ਕਿ ਮੇਰੇ ਵਿੱਚ ਔਗਣ ਸਮਾ ਨਹੀਂ ਸਕਦੇ ਮੈਂ ਇੰਨੀ ਨਕਾ ਨਕ ਔਗਣਾ ਨਾਲ ਭਰੀ ਪਈ ਆ ਵੀ ਜਾਨ ਕੇ ਮੇਰਾ ਜੀਵਨ ਔਗਣਾ ਨਾਲ ਕੰਪਲੀਟ ਹੋਇਆ ਪਿਆ ਮੁਕੰਮਲ ਹੋਇਆ ਪਿਆ ਭਰਿਆ ਪਿਆ ਜਿਵੇਂ ਬਾਣੀ ਚ ਆਪਾਂ ਪੜਿਆ ਹੈ ਕਿ ਰੱਬ ਜੀ ਤੁਸੀਂ ਵੀ ਸਮੁੰਦਰ ਹੋ ਤੇ ਮੈਂ ਵੀ ਸਮੁੰਦਰ ਆ ਫਰਕ ਇਹ ਨਾ ਤੁਸੀਂ ਗੁਣਾ ਦੇ ਸਮੁੰਦਰ ਹੋ ਤੇ ਮੈਂ ਔਗੁਣਾ ਦਾ ਸਮੁੰਦਰ ਆ ਤੂੰ ਸਾਗਰ ਉ ਰਤਨਾ ਗਰੂ ਤੁਸੀਂ ਸਾਗਰ ਉ ਰਤਨਾ ਨਾਲ ਭਰੇ ਪਏ ਜਿੱਥੇ ਆਪਣਾ ਪਖ ਪੇਸ਼ ਕੀਤਾ ਉਥੇ ਕਿਹਾ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਫਗੁਣ ਹਮਾਰੇ ਮੰਜ ਕੁਛ ਜੀ ਮੈਂ ਕੁਛ ਜੀਆਂ ਅਮਾਵਨ ਦੋਸੜੇ ਮੇਰੇ ਵਿੱਚ ਹੀ ਦੋਸ਼ ਨੇ ਹਉ ਕਿਉਂ ਸ਼ੈ ਰਾਵਣ ਜਾਉ ਜੀਓ ਫਿਰ ਅੱਗੇ ਜਾ ਕੇ ਤੀਜਾ ਪਖ ਪੇਸ਼ ਕੀਤਾ ਜੇ ਮੈਂ ਰਾਵਣ ਤੁਰੀ ਵੀ ਆ ਤੇ ਮੈਂ ਏਡੀ ਬਦ ਕਿਸਮਤ ਵਾਂ ਕਿ ਮੈਂ ਆਪਣੀ ਜ਼ਿੰਦਗੀ ਦਾ ਮਨੋਰਥ ਪੱਥਰ ਮੰਦਰ ਮੋਤੀ ਸੋਇਨਾ ਇਹਨਾਂ ਨੂੰ ਬਣਾ ਕੇ ਬੈਠ ਗਈਆਂ ਇਹਨਾਂ ਦੀ ਮੋਹ ਵਿੱਚ ਇਹੋ ਜੀ ਫਸੀਆਂ ਕਿ ਕੰਤ ਦੇ ਕੋਲ ਬਹਿਣ ਦਾ ਮੇਰੇ ਕੋਲ ਸਮਾਂ ਹੀ ਹੈ ਨਹੀਂ ਸਾਝੀ ਨਹੀਂ ਪਾਈ ਉਸ ਜਾ ਕੇ ਜ਼ਿਕਰ ਕਰ ਦਿੱਤਾ ਸੋਇਨਾ ਰੂਪਾ ਰੰਗੂਲਾ ਮਾਨਕ ਮਾਣਕ ਵੀ ਮੋਤੀ ਵੀ ਸੋਇਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜੀਉ ਸੇ ਵਸਤੂ ਸ਼ਹਿ ਦਿੱਤੀਆਂ ਉਹ ਵਸਤੂਆਂ ਸ਼ਹਿ ਕੋਲੋਂ ਮੈਨੂੰ ਮਿਲੀਆਂ ਨੇ ਮੈਂ ਤਿੰਸਿਉ ਲਾਇਆ ਚਿੱਤ ਜੀਉ ਮੈਂ ਉਹਨਾਂ ਨਾਲ ਹੀ ਚਿੱਤ ਲਾ ਲਿਆ ਖਸਮ ਕੋਲ ਬਹਿਣ ਦਾ ਮੇਰੇ ਕੋਲ ਵਕਤ ਹੀ ਨਾ ਹੋਇਆ ਫਿਰ ਜਾ ਕੇ ਚੌਥੇ ਥਾਂ ਤੇ ਇਸ ਪੱਖ ਨੂੰ ਪੇਸ਼ ਕੀਤਾ ਠੀਕ ਹੈ ਮੈਂ ਸਾਰੀ ਜ਼ਿੰਦਗੀ ਇਸ ਪਦਾਰਥਾਂ ਦੀ ਪਕੜ ਵਿੱਚ ਰਹੀ ਹਾਂ ਮੈਂ ਵੀ ਚਾਹੁੰਦੀ ਹਾਂ ਮੈਂ ਸੁਹਾਗਣਾ ਵਾਲਾ ਜੀਵਨ ਜੀਵਾਂ ਮੈਂ ਵੀ ਚਾਹੁੰਨੀ ਆ ਜਿਵੇਂ ਬਾਕੀ ਸਾਰੀਆਂ ਜੀਵ ਇਸਤਰੀਆਂ ਸੁਹਾਗਣਾ ਵਾਲਾ ਜੀਵਨ ਜੀਉਂਦੀਆਂ ਨੇ ਜਿਉਂ ਉਹਨਾਂ ਨੂੰ ਸਦਾ ਜੀਵਨ ਸੁਹਾਗਣਾ ਵਾਲਾ ਮਿਲਿਆ ਮੈਨੂੰ ਵੀ ਕਿਤੇ ਇੱਕ ਰਾਤ ਮਿਲ ਜੇ ਪਾਵਿਕ ਥੋੜਾ ਜਿਹਾ ਸਮਾਂ ਮਿਲ ਜੇ ਮੈਂ ਵੀ ਸੁਹਾਗਣਾ ਵਾਲਾ ਜੀਵਨ ਜੀਉ ਸਕਾਂ ਤੋ ਕਿਡਾ ਸੋਹਣਾ ਪਖ ਪੇਸ਼ ਕੀਤਾ ਤਦ ਗੁਣ ਮੈਂ ਸਭ ਅਵਗੁਣਾ ਤੁਹਾਡੇ ਵਿੱਚ ਸਾਰੇ ਗੁਣ ਨੇ ਮੈਂ ਉਗਣਾਂ ਨਾਲ ਭਰੀ ਪਈ ਆਂ ਇਕ ਨਾਨਕ ਦੀ ਅਰਦਾਸ ਜਿਉ ਨਾਨਕ ਦੀ ਅਰਦਾਸ ਹੈ ਸਭ ਰਾਤੀ ਸਭ ਰਾਤੀ ਸੁਹਾਗਣੀ ਸਾਰੀਆਂ ਰਾਤਾਂ ਸੁਹਾਗਣਾ ਨੂੰ ਮਿਲਦੀਆਂ ਨੇ ਪਵ ਸੁਹਾਗਣਾ ਹਮੇਸ਼ਾ ਸੱਚ ਵਿੱਚ ਰਤੀਆਂ ਰਹਿੰਦੀਆਂ ਨੇ ਮੈਂ ਦੁਹਾਗਣ ਕਾਈ ਰਾਤ ਜਿਉ ਮੈਨੂੰ ਦੁਹਾਗਣ ਨੂੰ ਦੁਹਾਗਣ ਨੂੰ ਇੱਕ ਰਾਤ ਹੀ ਮਿਲ ਜਾਏ ਪਵ ਥੋੜਾ ਸਮਾਂ ਹੀ ਮਿਲ ਜਾਏ ਕਿ ਮੈਂ ਵੀ ਉਹ ਆਨੰਦ ਆਪਣੀ ਜ਼ਿੰਦਗੀ ਦਾ ਮਾਣ ਸਕਾਂ ਕਿੰਨਾ ਸੋਹਣਾ ਪਖ ਗੁਰਦੇਵ ਜੀ ਨੇ ਸ਼ਬਦ ਵਿੱਚ ਪੇਸ਼ ਕੀਤਾ ਤੋ ਸਾ ਸੰਗਤ ਇਥੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿਉਂਕਿ ਇਹ ਤਿੰਨੇ ਸ਼ਬਦ ਤੁਸੀਂ ਵੇਖੋ ਅੱਗੇ ਜਾ ਕੇ ਆਪਾਂ ਲਾਵਾਂ ਦੀ ਵਿਚਾਰ ਆਰੰਭ ਕਰਨੀ ਹੈ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਜਦੋਂ ਲੜਕੇ ਲੜਕੀ ਦਾ ਆਨੰਦ ਕਾਰਜ ਕੀਤਾ ਜਾਂਦਾ ਹੈ ਜਦੋਂ ਗ੍ਰਸਥ ਮਾਰਗ ਵਿੱਚ ਪਤੀ ਪਤਨੀ ਪ੍ਰਵੇਸ਼ ਕਰਦੇ ਨੇ ਜ਼ਿੰਦਗੀ ਵਿੱਚ ਕਈ ਸ਼ਿਕਵੇ ਗਿਲੇ ਹੁੰਦੇ ਨੇ ਕਿਤੇ ਤਾਂ ਅਣਬਣ ਹੁੰਦੀ ਹੈ ਕਿਤੇ ਪਿਆਰ ਨਾਲ ਘਰ ਚੱਲਦੀ ਜਾਂਦਾ ਹੈ ਆਪਾਂ ਸਮਾਜ ਵਿੱਚ ਵੇਖਦੇ ਬੜਾ ਕੁਝ ਆਪਾਂ ਆਏ ਦਿਨ ਵੇਖਦੇ ਆ ਜਿੱਥੇ ਕਿਤੇ ਔਰਤ ਵਿੱਚ ਕੋਈ ਸੁਭਾਅ ਕਰਕੇ ਪ੍ਰੋਬਲਮ ਹੁੰਦੀ ਹੈ ਮਰਦ ਦਾ ਸੁਭਾਅ ਵਧੀਆ ਹੁੰਦਾ ਹੈ ਕਿਤੇ ਮਰਦ ਦਾ ਸੁਭਾਅ ਬੜਾ ਵਧੀਆ ਹੁੰਦਾ ਹੈ ਔਰਤ ਗੁੱਸੇ ਖੋਰ ਹੁੰਦੀ ਹੈ ਘਰ ਵਿੱਚ ਲੜਾਈ ਵਾਲਾ ਮਾਹੌਲ ਬਣਿਆ ਰਹਿੰਦਾ ਪਰ ਉਹ ਟਾਵੇਂ ਘਰ ਨੇ ਜਿੱਥੇ ਦੋਹਾਂ ਦੇ ਸੁਭਾਅ ਬੜੇ ਵਧੀਆ ਨੇ ਜਿੱਥੇ ਏਕ ਜੋਤ ਦੋਏ ਮੂਰਤੀ ਧਨ ਫਿਰ ਕਈਆਂ ਸੋਏ ਨਹੀਂ ਤੇ ਕਈਆਂ ਘਰਾਂ ਵਿੱਚ ਤੁਸੀਂ ਵੇਖਿਆ ਕਲੇਸ਼ ਪਿਆ ਰਹਿੰਦਾ ਹੈ ਪੰਚਾਇਤਾਂ ਆਉਂਦੀਆਂ ਨੇ ਰਿਸ਼ਤੇਦਾਰ ਆਣ ਆਣ ਕੇ ਸਮਝਾਉਂਦੇ ਨੇ ਲੜਕੀ ਨੂੰ ਕਿਤੇ ਲੜਕੇ ਨੂੰ ਸਮਝਾਉਂਦੇ ਨੇ ਤੂੰ ਇੰਜ ਨਾ ਕਰਿਆ ਕਰ ਜਾਂ ਲੜਕੀ ਨੂੰ ਸਮਝਾਉਣਗੇ ਤੁਸੀਂ ਦੋਵੇਂ ਪੱਖ ਵੇਖੋਗੇ ਕਿਤੇ ਸੱਸ ਸਹੁਰੇ ਦੇ ਸੁਭਾਅ ਕਰਕੇ ਪਤੀ ਪਤਨੀ ਚ ਨਹੀਂ ਬਣ ਪਾ ਰਹੀ ਕਿਤੇ ਮਾਂ ਬਾਪ ਵੀ ਵਿੱਚ ਹੈ ਨਹੀਂ ਤਾਂ ਵੀ ਪਤੀ ਪਤਨੀ ਦੀ ਨਹੀਂ ਬਣ ਪਾ ਰਹੀ ਕਿਤੇ ਨਾ ਕਿਤੇ ਸੁਭਾਅ ਦੀ ਸੋਚ ਦੀ ਪ੍ਰੋਬਲਮ ਹੈ ਉਥੇ ਆਪਾਂ ਇਹ ਕਹਿ ਸਕਦੇ ਆਂ ਵੀ ਦੋਹਾਂ ਵੱਲੋਂ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਕਮੀ ਹੋ ਸਕਦੀ ਐ ਕੋਈ ਸੁਭਾਅ ਦੀ ਪ੍ਰੋਬਲਮ ਹੋ ਸਕਦੀ ਐ ਕਿਤੇ ਰਹਿਣ ਸਹਿਣ ਦੀ ਪ੍ਰੋਬਲਮ ਹੋ ਸਕਦੀ ਐ ਪਰ ਜਦੋਂ ਆਪਾਂ ਪ੍ਰਭੂ ਪਰਮਾਤਮਾ ਕੰਤ ਦੀ ਗੱਲ ਕਰਦੇ ਆਂ ਇੱਥੇ ਜਦੋਂ ਗੁਣ ਅਗੁਣਾਂ ਦੀ ਗੱਲ ਆਏਗੀ ਇੱਥੇ ਸਾਰੀ ਕਮੀ ਜਿਹੜੀ ਐ ਉਹ ਜੀਵ ਇਸਤਰੀ ਵੱਲੋਂ ਆਏਗੀ ਕਿਉਂਕਿ ਉਹ ਤਾਂ ਕੰਤ ਮੁਕੰਮਲ ਐ ਉਹਦੇ ਵਿੱਚ ਤਾਂ ਕੋਈ ਵੀ ਕਮੀ ਨਹੀਂ ਐ ਉਥੇ ਕੰਪਲੀਟ ਹੈ ਉਹ ਤਾਂ ਉਥੇ ਸ਼ਬਦ ਵਰਤੇ ਵੀ ਸਾਰੇ ਗੁਣ ਨੇ ਤੁਹਾਡੇ ਵਿੱਚ ਜੇ ਮੈਂ ਤੁਹਾਡਾ ਆਨੰਦ ਨਹੀਂ ਪ੍ਰਾਪਤ ਕਰ ਸਕੀ ਤੁਹਾਡਾ ਨਹੀਂ ਸਾਥ ਮਨ ਸਕੀ ਤੇ ਮੈਂ ਆਪਣੀ ਗਲਤੀ ਮੰਦੀ ਆ ਇੱਕ ਪੱਖ ਇਹ ਸ਼ਬਦ ਦਾ ਆਪਾਂ ਇਹ ਵੀ ਨਾਲ ਲੈਣਾ ਹੈ ਜੇ ਕਿਤੇ ਸਮਾਜਿਕ ਰਸਤੀਆਂ ਵਿੱਚ ਬੰਦਾ ਭਾਵੇਂ ਔਰਤ ਹੈ ਤੇ ਭਾਵੇਂ ਮਰਦ ਹੈ ਪਰਿਵਾਰਾਂ ਵਿੱਚ ਆਪਣੀ ਆਪਣੀ ਕਮੀ ਨੂੰ ਮਹਿਸੂਸ ਕਰਨ ਲੱਗ ਪਵੇ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਬਣ ਸਕਦੀ ਹੈ ਰਿਸ਼ਤੇ ਟੁੱਟਦੇ ਕਿੱਥੇ ਨੇ ਤਰੇੜਾਂ ਕਿੱਥੇ ਪੈਂਦੀਆਂ ਜਿੱਥੇ ਆਕੜ ਹੈ ਜਿੱਥੇ ਮੈਂ ਗਲਤੀ ਨਹੀਂ ਕਰਦੀ ਮੈਂ ਗਲਤੀ ਨਹੀਂ ਕਰਦਾ ਮੈਨੂੰ ਕੀ ਲੋੜ ਹੈ ਕਿਸੇ ਨੂੰ ਸੌਰੀ ਕਹਿਣ ਦੀ ਮੈਂ ਕਿਉਂ ਕਿਸੇ ਕੋਲੋਂ ਮਾਫੀ ਮੰਗਾ ਉੱਥੇ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਜਿੱਥੇ ਝੁਕਣਾ ਆ ਜਾਏ ਜਿੱਥੇ ਕਿਤੇ ਬੋਲ ਕਬੂਲ ਹੋ ਵੀ ਜਾਏ ਤੇ ਮਗਰੋਂ ਮਾਫੀ ਮੰਗਣ ਦੀ ਗੱਲ ਵੀ ਆ ਜਾਏ ਉੱਥੇ ਰਿਸ਼ਤੇ ਬਣੇ ਰਹਿੰਦੇ ਨੇ ਉੱਥੇ ਫਿਰ ਬੰਦਾ ਇਹ ਸੋਚਦਾ ਵੀ ਜੇ ਉਹਦੇ ਕੋਲੋਂ ਇਹ ਸ਼ਬਦ ਬੋਲਿਆ ਗਿਆ ਕੋਈ ਗੱਲ ਨਹੀਂ ਕਦੀ ਮੇਰੇ ਕੋਲ ਵੀ ਬੋਲਿਆ ਗਿਆ ਸੀ ਇੱਥੇ ਗੁਰਦੇਵ ਨੇ ਬਹੁਤ ਪਿਆਰੇ ਸ਼ਬਦ ਵਰਤੇ ਨੇ ਵੀ ਮੰਜ ਕੁਚੱਜੀ ਮੈਂ ਕੁਚੱਜੀ ਆ ਮੇਰੇ ਵਿੱਚ ਕੁਚੱਜ ਫੁਣਾ ਹੈ ਅਮਾਵਨ ਡੋਸੜੇ ਅਮਾਵਨ ਦਾ ਅਰਥ ਹੈ ਇੰਨੇ ਇੰਨਾ ਵੱਡਾ ਕੁਚੱਜ ਫੁਣਾ ਹੈ ਕਿ ਸਮਾ ਨਹੀਂ ਸਕਦਾ ਜਿਵੇਂ ਆਪਾਂ ਕਿਸੇ ਬਰਤਨ ਚ ਕੋਈ ਵਸਤੂ ਪਾਈ ਆਪਾਂ ਕਹਿੰਦੇ ਪਾਈ ਵਸਤੂ ਇੰਨੀ ਹੈ ਕਿ ਬਰਤਨ ਵਿੱਚ ਸਮਾਈ ਨਹੀਂ ਜਾਣੀ ਬਰਤਨ ਤੋਂ ਬਾਹਰ ਡੁੱਲਣ ਤੱਕ ਨੌਬਤ ਆ ਗਈ ਆ ਕਹਿੰਦੇ ਮੰਝ ਕੁਚੱਜੀ ਮੈਂ ਇਹਨੂੰ ਮੰਝ ਪਾਣਾ ਮੰਝ ਮੰਝ ਕੁਚੱਜੀ ਮੈਂ ਕੁਚੱਜੀ ਆ ਅਮਾਵਣ ਸਮਾ ਨਹੀਂ ਸਕਦੇ ਢੋਸੜੇ ਦੋਸ਼ ਮੇਰੇ ਚ ਇਹਨੇ ਐਬ ਨੇ ਹਾਂ ਕਿਉਂ ਸ਼ਹਿਰ ਆਵਣ ਜਾਉ ਜੀਓ ਮੈਂ ਕਿੱਦਾਂ ਸ਼ਹਿਰ ਨੂੰ ਰੌਣ ਜਾਵਾ ਕਿੱਦਾਂ ਉਹਨੂੰ ਪ੍ਰਸੰਨ ਕਰਾਂ ਫਿਰ ਆ ਕੇ ਕਹਿੰਦੇ ਨੇ ਇੱਕ ਦੂ ਇੱਕ ਚੜੰਦੀਆਂ ਜਦੋਂ ਮੈਂ ਇਹ ਵੇਖਦੀ ਹਾਂ ਉੱਥੇ ਤੇ ਇੱਕ ਦੂ ਇੱਕ ਚੜੰਦੀਆਂ ਇੱਕ ਤੋਂ ਇੱਕ ਵੱਧ ਕੇ ਅੱਗੇ ਨਾਂ ਉਹਨਾਂ ਵਿੱਚ ਇੰਨੇ ਗੁਣ ਨੇ ਕੌਣ ਜਾਣੇ ਮੇਰਾ ਨਾਮ ਜੀਓ ਇੰਨੀਆਂ ਸੋਹਣੇ ਜੀਵਨ ਦੇ ਵਿੱਚ ਇੰਨੇ ਸੋਹਣੇ ਜੀਵਨ ਵਾਲੀਆਂ ਜੀਵ ਇਸਤਰੀਆਂ ਉਹਨਾਂ 'ਚ ਮੈਨੂੰ ਕਿਹਨੇ ਜਾਣਣਾ ਮੈਂ ਤੇ ਉਗਣਾ ਨਾਲ ਭਰੀ ਪਈ ਐ ਜਿੰਨੀ ਸਖੀ ਸ਼ਹਿਰ ਆਵੇ ਆ ਜਿੰਨਾ ਸਖੀਆਂ ਨੇ ਜਿੰਨਾ ਜੀਵ ਇਸਤਰੀਆਂ ਨੇ ਸ਼ਹਿ ਨੂੰ 라ਵ ਲਿਆ ਪਾਵ ਉਹਨਾਂ ਨਾਲ ਸਾਂਝ ਪਾਲੀ ਹੈ ਮਾਲਕ ਨਾਲ ਸੇ ਅੰਬੀ ਉਹ ਅੰਬਾਂ ਦੀ ਸ਼ਾਵੜੀ ਸ਼ਾਵੜੀ ਦਾ ਅਰਥ ਸ਼ਾਂ ਸ਼ਾਵੜੀ ਇਹ ਭਾਵ ਠੰਢੀ ਸ਼ਾਂ ਅੰਬੀ ਸ਼ਾਵੜੀਏ ਜਿਉ ਭਾਵ ਉਹਨਾਂ ਨੇ ਅੰਬਾਂ ਦੀਆਂ ਠੰਡੀਆਂ ਸ਼ਾਵਾਂ ਦਾ ਆਨੰਦ ਮਾਣਿਆ ਜਿਵੇਂ ਅੰਬ ਦੀ ਠੰਡੀ ਛਾਂ ਹੁੰਦੀ ਐ ਤੁਸੀਂ ਵੇਖਿਆ ਨਾ ਅੰਬ ਦੇ ਕਿਦਾਂ ਜਿਹੜੇ ਪੌਦੇ ਆ ਦਰਖਤ ਆ ਕਿੰਨੇ ਸੰਘਣੇ ਹੁੰਦੇ ਆ ਜਦੋਂ ਅਤਿ ਦੀ ਧੁੱਪ ਦੇ ਵਿੱਚ ਵੀ ਨਾ ਮਾਸਾ ਵੀ ਧੁੱਪ ਨਹੀਂ ਜ਼ਮੀਨ ਤੇ ਪੈਂਦੀ ਕਿਉਂਕਿ ਅੰਬ ਦੇ ਪੱਤੇ ਸੰਘਣੇ ਹੋਣ ਕਰਕੇ ਬਹੁਤ ਸੰਘਣੀ ਛਾਂ ਹੁੰਦੀ ਐ ਦਰਖਤ ਤਾਂ ਹੋਰ ਵੀ ਵੱਡੇ ਨੇ ਪਰ ਅੰਬ ਦਾ ਹੀ ਕਿਉਂ ਨਾ ਲਿਆ ਮਹਾਰਾਜ ਨੂੰ ਕਿੰਨੀ ਨੌਲਜ ਇਹਨਾਂ ਗੱਲਾਂ ਦੀ ਦਰਖਤ ਤੇ ਹੋਰ ਵੀ ਬਹੁਤ ਹੁੰਦੇ ਨੇ ਹੋਰ ਵੀ ਦਰਖਤਾਂ ਦੀ ਬਹੁਤ ਸੰਘਣੀ ਛਾਂ ਹੋਏਗੀ ਪਰ ਆਂਬ ਦੀ ਤੇ ਕਮਾਲ ਦੀ ਛਾਂ ਹੁੰਦੀ ਤੁਸੀਂ ਕਦੇ ਵੇਖਿਓ ਆਂਬ ਦੇ ਥੱਲੇ ਤੁਹਾਨੂੰ ਜਿੰਨੀ ਮਰਜ਼ੀ ਕੜਖ ਦੀ ਤੁੱਪ ਹੋਵੇ ਤੁਹਾਨੂੰ ਥੱਲੇ ਮਾਸਾ ਵੀ ਤੁੱਪ ਦੀ ਕਿਤੇ ਕਿਰਨ ਵੀ ਜਿਹੜੀ ਐ ਜ਼ਮੀਨ ਤੇ ਨਹੀਂ ਆਉਂਦੀ ਉਹਦੇ ਉਹਦੇ ਰਾਂਹ ਆਂਬ ਦੇ ਰਾਂਹ ਕਿਉਂਕਿ ਅੰਬਾਂ ਦੇ ਪੱਤੇ ਸੰਘਣੇ ਹੁੰਦੇ ਨੇ ਇੱਕ ਤੇ ਫਲਦਾਰ ਹੋਣ ਕਰਕੇ ਆਂਬ ਲੱਗੇ ਹੁੰਦੇ ਆ ਪੱਤੇ ਚੌੜੇ ਹੁੰਦੇ ਆ ਬਹੁਤ ਸੰਘਣੀ ਛਾਂ ਹੁੰਦੀ ਐ ਫਿਰ ਉਹ ਐ ਝੁਕੇ ਹੁੰਦੇ ਨੇ ਇੱਕ ਛਤਰੀ ਦੀ ਤੈ ਬਣਿਆ ਹੁੰਦਾ ਆਂਬ ਦਾ ਪੌਦਾ ਤੋ ਇਸੇ ਸ਼ਬਦ ਵਰਤਿਆ ਕਹਿੰਦੇ ਕਿ ਜਿਨ੍ਹਾਂ ਨੇ ਆਨੰਦ ਮਾਣੇ ਆ ਜਿਹੜੇ ਖਸਮ ਨਾਲ ਰਤیاں ਹੋਈਆਂ ਨੇ ਉਹ ਇਦਾਂ ਆਪਣੇ ਜੀਵਨ ਚ ਠੰਡੀਆਂ ਰਹਿੰਦੀਆਂ ਨੇ ਠੰਡਕ ਮਹਿਸੂਸ ਕਰਦੀਆਂ ਨੇ ਉਹਨਾਂ ਦੇ ਮਨ ਇਦਾਂ ਠੰਡੇ ਰਹਿੰਦੇ ਨੇ ਜਿਵੇਂ ਅੰਬਾਂ ਦੇ ਪੌਦਿਆਂ ਦੇ ਥੱਲੇ ਰਹਿਣ ਵਾਲਾ ਮਨੁੱਖ ਠੰਡਕ ਮਹਿਸੂਸ ਕਰਦਾ ਅਤ ਦੀ ਗਰਮੀ ਦੇ ਵਿੱਚੋਂ ਜਦੋਂ ਬੰਦਾ ਕੋਈ ਲੂਸਿਆ ਹੁੰਦਾ ਹੈ ਤੇ ਅੰਬਾਂ ਦੇ ਪੌਦਿਆਂ ਦੇ ਥੱਲੇ ਬੈਠ ਕੇ ਉਹ ਰਾਹਤ ਮਹਿਸੂਸ ਕਰਦਾ ਜਿੰਨੀ ਸਖੀ ਸ਼ਹਿਰ ਆਵਿਆ ਸੇ ਅੰਬੀ ਛਾਵੜੀਏ ਜਿਉ ਉਹ ਅੰਬਾਂ ਦੀਆਂ ਠੰਡੀਆਂ ਛਾਵਾਂ ਥੱਲੇ ਜਿਵੇਂ ਮਨੁੱਖ ਬਹਿ ਕੇ ਧੁੱਪ ਤੋਂ ਰਾਹਤ ਮਹਿਸੂਸ ਕਰਦਾ ਇਦਾਂ ਹੀ ਉਹ ਜੀਵਸਤਰੀਆਂ ਜਿਹੜੀਆਂ ਵਕਾਰਾਂ ਦੇ ਹੱਥੋਂ ਕਲਪੀਆਂ ਪਈਆਂ ਸੀ ਖਿੱਚੀਆਂ ਪਈਆਂ ਸੀ ਜਦੋਂ ਉਹ ਸੱਚ ਨਾਲ ਜੁੜਦੀਆਂ ਨੇ ਤੇ ਉਹ ਠੰਡੀ ਛਾਂ ਦੀ ਤਰ੍ਹਾਂ ਜਿਵੇਂ ਅੰਬ ਦੇ ਥੱਲੇ ਬੈਠਣ ਨਾਲ ਠੰਡੀ ਛਾਂ ਮਿਲਦੀ ਹੈ ਉਹਨਾਂ ਦਾ ਜੀਵ ਵੀ ਜੀਵਨ ਵੀ ਠੰਡਕ ਵਾਲਾ ਹੋ ਜਾਂਦਾ ਹੈ ਭਾਵ ਜੀਵਨ ਖੂਬਸੂਰਤ ਬਣ ਜਾਂਦਾ ਹੈ ਕਹਿੰਦੇ ਸੇ ਗੁਣ ਮੰਝ ਨਾਵਨੀ ਮੇਰੇ ਵਿੱਚ ਤੇ ਇਹ ਗੁਣ ਹੈ ਹੀ ਨਹੀਂ ਮੰਜ ਸੇ ਗੁਣ ਮੰਜ ਨਾਮ ਨਹੀਂ ਉਹ ਗੁਣ ਮੇਰੇ ਜੀਵਨ ਵਿੱਚ ਹੈ ਨਹੀਂ ਹੋਂ ਕਹ ਜੀ ਦੋਸ਼ ਧਰੇ ਹੋ ਜਿਓ ਮੈਂ ਕਿਹਦੇ ਮੱਥੇ ਤੇ ਦੋਸ਼ ਮੜਾਂ ਮੇਰੇ ਵਿੱਚ ਗੁਣ ਹੀ ਕੋਈ ਨਹੀਂ ਹੈਗਾ ਹੁਣ ਇਥੇ ਗੱਲ ਕਲੀਅਰ ਹੋ ਗਈ ਨਾ ਵੀ ਦੋਸ਼ ਕਿਸੇ ਦੇ ਮੱਥੇ 'ਤੇ ਨਹੀਂ ਮੜਿਆ ਜਾ ਸਕਦਾ ਸੇ ਗੁਣ ਮੰਜ ਨਾਮ ਨਹੀਂ ਉਹ ਗੁਣ ਮੇਰੇ ਵਿੱਚ ਹੈ ਨਹੀਂ ਕਿਹੜਾ ਗੁਣ ਜਿਹੜਾ ਉਸ ਮਾਲਕ ਦੀ ਪ੍ਰਾਪਤੀ ਵਾਸਤੇ ਚਾਹੀਦਾ ਹੈ ਜਾਨੀ ਕਿ ਜਿਹੜਾ ਗੁਣ ਉਹਨਾਂ ਸਖੀਆਂ ਦੇ ਵਿੱਚ ਹੈ ਜਿਹੜਾ ਜਿਨ੍ਹਾਂ ਨੇ ਠੰਡਕ ਮਾਣੀ ਹੈ ਉਹ ਗੁਣ ਮੇਰਾ ਮੇਰੇ ਜੀਵ ਵਿੱਚ ਨਹੀਂ ਹੈਗਾ ਤੋ ਕਿੰਨੇ ਪਿਆਰੇ ਸ਼ਬਦ ਇੱਥੇ ਵਰਤੇ ਨੇ ਕਿੰਨੀ ਪਿਆਰੀ ਵਿਚਾਰ ਦਿੱਤੀ ਹੈ ਕਹਿਣ ਲੱਗੇ ਸੇ ਗੁਣ ਮੰਜ ਨਾ ਆਮਨੀ ਉਹ ਗੁਣ ਮੇਰੇ ਵਿੱਚ ਨਹੀਂ ਹੈਗੇ ਹਉ ਕਹਿ ਜੀ ਦੋਸ਼ ਧਰੇ ਮੈਂ ਕਿਹਦੇ ਸਿਰ ਮੱਥੇ ਮੜ ਸਕਦੀ ਆਂ ਵੀ ਇਹਦੇ ਦੋਸ਼ ਕਰਕੇ ਇਹਦੇ ਸੁਭਾਅ ਕਰਕੇ ਸੁਭਾਅ ਤੇ ਮੇਰਾ ਆਪਣਾ ਮੜਾ ਕਿਉਂਕਿ ਮੰਜ ਕੁਚ ਜੀ ਮਾਵਨ ਦੋਸੜੇ ਜਿਵੇਂ ਭਗਤ ਫਰੀਦ ਜੀ ਨੇ ਬਹੁਤ ਪਿਆਰਾ ਸ਼ਬਦ ਜਿਹਦੇ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ ਤਪ ਤਪ ਲੋ ਲੋਹਾਤ ਮਰੋ ਰੋ ਤੇਲਗੀ ਬਾਵਲ ਹੋਈ ਸੋਸ ਸਹਿ ਲੋਰੋ ਕਹਿੰਦੇ ਤੈ ਸਹਿ ਤੈਸ਼ ਤੈ ਸਹਿ ਮਨ ਮੈਂ ਕੀਆ ਰੋਸ ਮੁਜ ਅਵਗੁਣ ਸਹਿ ਨਹੀਂ ਦੋਸ਼ ਅਵਗੁਣ ਸਾਰੇ ਮੇਰੇ ਨੇ ਸ਼ੈ ਦਾਦੇ ਵਿੱਚ ਕੀ ਕਸੂਰ ਹੈ ਮਾਲਕ ਦਾ ਕੀ ਕਸੂਰ ਹੈ ਕਿਉਂਕਿ ਕਤਕ ਕਰਮ ਕਮਾਉਣੇ ਦੋਸ਼ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋ ਕਤਕ ਕਰਮ ਕਰਮ ਤੇ ਮੈਂ ਮਾਰੇ ਕੀਤੇ ਨੇ ਮੈਂ ਜੇ ਅੱਜ ਮੈਂ ਉਹਦਾ ਆਨੰਦ ਨਹੀਂ ਮਾਣ ਸਕੀ ਤੇ ਮੇਰੀ ਆਪਣੀ ਗਲਤੀ ਹੈ ਮੇਰੇ ਆਪਣੇ ਕੰਮਾਂ ਕਰਕੇ ਭਗਤ ਫਰੀਦ ਨੇ ਕਿੰਨੇ ਪਿਆਰੇ ਬਚਨ ਇੱਥੇ ਕਹੇ ਨੇ ਤੈਂ ਸ਼ਹਿਬ ਕੀ ਮੈਂ ਸਾਰ ਨਾ ਜਾਣੀ ਜੋਬਨ ਖੋਏ ਪਾਛੇ ਪਛਤਾਣੀ ਮੈਂ ਉਹਦੀ ਸਾਰ ਨਹੀਂ ਜਾਣੀ ਜੋਬਨ ਖੋਏ ਮੈਂ ਜਵਾਨੀ ਲੰਘੀ ਮੇਰੀ ਪਾਛੇ ਪਛਤਾਣੀ ਹੁਣ ਪਛਤਾਵਾ ਪੱਲੇ ਰਹਿ ਗਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕਾਲੀ ਕੋਇਲ ਨੂੰ ਸਵਾਲ ਕੀਤਾ ਹੈ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਕਿਹੜੇ ਗੁਣ ਕਰਕੇ ਕਾਲੀ ਹੈ ਤੂੰ ਕੇ ਫਿਰ ਅੱਗੇ ਕਹਤਾ ਕਾਲੀ ਕੋਇਲ ਮੈਨੂੰ ਤੇ ਪਤਾ ਨਹੀਂ ਤੂੰ ਕਿਉਂ ਕਾਲੀ ਹੈ ਪਰ ਆਪਣੇ ਪ੍ਰੀਤਮ ਕਹੇ ਹੈ ਬਿਰਹ ਜਾਲੀ ਮੈਂ ਆਪਣੇ ਪ੍ਰੀਤਮ ਦੇ ਵਿਛੋੜੇ ਕਰਕੇ ਕਾਲੀ ਹੋਈ ਪਈ ਹਾਂ ਹੁਣ ਇੱਥੇ ਇੱਕ ਚੇਤਾ ਰੱਖਿਓ ਕਾਲੀ ਕੋਇਲ ਜਿਹੜੀ ਹੈ ਨਾ ਉਹਦੇ ਬਾਰੇ ਆਮ ਮੰਨਿਆ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਅੱਛਾ ਜੇ ਪ੍ਰੀਤਮ ਨੂੰ ਮਿਲ ਪਵੇ ਰਾਗਿਤ ਉਹਦਾ ਫੇ ਵੀ ਕਾਲਾ ਰਹਿਣਾ ਹੈ ਉੱਥੇ ਭਗਤ ਫਰੀਦ ਜੀ ਕਹਿੰਦੇ ਕੋਇਲ ਤੇਰੇ ਤੇ ਮੇਰੇ 'ਚ ਇੱਕ ਫਰਕ ਹੈ ਤੂੰ ਜੇ ਆਪਣੇ ਖਸਮ ਨਾਲੋਂ ਵਿਛੜੀ ਹੋਈ ਆ ਤੂੰ ਕਹਿੰਨੀ ਮੈਂ ਕਾਲੀ ਆ ਜੇ ਤੂੰ ਮਿਲ ਪਈ ਫੇ ਵੀ ਕਾਲੀ ਰਹਿਣਾ ਪਰ ਤੇਰੇ ਤੇ ਮੇਰੇ 'ਚ ਇੱਕ ਫਰਕ ਹੈ ਮੈਂ ਜੇ ਅੱਜ ਅਲਗਾ ਮੇਰਾ ਮਨ ਕਾਲਾ ਹੈ ਇਸ ਮਨ ਕੋ ਜਨਮ ਜਨਮ ਕੀ ਮੜ ਲਾਗੀ ਕਾਲਾ ਹੋਆ ਸਿਆ ਪਰ ਜੇ ਮੈਂ ਉਹਨੂੰ ਮਿਲ ਗਈ ਨਾ ਫਿਰ ਮੇਰਾ ਕਾਲਾਪਨ ਖਤਮ ਹੋ ਜਾਣਾ ਹੈ ਫਿਰ ਉਹਨੇ ਮੈਨੂੰ ਆਪਣੇ ਵਰਗਾ ਕਰ ਲੈਣਾ ਤੇਰੇ ਤੇ ਮੇਰੇ ਵਿੱਚ ਇੱਕ ਫਰਕ ਹੈ ਮੈਨੂੰ ਇਹ ਨਹੀਂ ਪਤਾ ਵੀ ਤੂੰ ਕਿਸ ਗੱਲੋਂ ਕਾਲੀ ਆ ਪਰ ਮੈਨੂੰ ਪਤਾ ਵੀ ਆਪਣੇ ਪ੍ਰੀਤਮ ਕਹਿ ਹਾਂ ਬਿਰਹਾਂ ਜਲੀ ਤੂੰ ਇਥੇ ਸ਼ਬਦ ਵਰਤਿਆ ਸੇ ਗੁਣ ਮੰਝ ਨਾ ਆਵਨੀ ਹਾਂ ਕਹਿ ਜੀ ਦੋਸ਼ ਧਰੇ ਹੁਣ ਜੀ ਇਹ ਗੁਣ ਪਰਿਵਾਰਾਂ ਚ ਆ ਜਾਣ ਪਤੀ ਕਵੇ ਕਿ ਮੇਰੀ ਆਪਣੀ ਗਲਤੀ ਹੈ ਪਤਨੀ ਕਵੇ ਮੇਰੀ ਗਲਤੀ ਹੈ ਸੱਸ ਕਵੇ ਮੇਰੀ ਗਲਤੀ ਸਹੁਰਾ ਕਵੇ ਮੇਰੀ ਗਲਤੀ ਹੈ ਪੰਚਾਇਤਾਂ ਹੋਣਗੀਆਂ ਕਦੀ ਹੁਣ ਲਾਵਾਂ ਤੋਂ ਪਹਿਲਾਂ ਸ਼ਬਦ ਹੈ ਕੁਚਤ ਜੀ ਅਸੀਂ ਕੀ ਕਰਦੇ ਹਾਂ ਕੁਛ ਅੱਜੀਆਂ ਦੀਆਂ ਲਾਵਾ ਕਰਾਈ ਜਾਂਦੇ ਭਾਵੇਂ ਲੜਕੀ ਤੇ ਭਾਵੇਂ ਲੜਕਾ ਉਹ ਅਗਲੇ ਮੰਨਣ ਨੂੰ ਤਿਆਰੀ ਹੈ ਨਹੀਂ ਵੀ ਸਾਡੇ 'ਚ ਵੀ ਗੁਣੋ ਤੇ ਇਦਾਂ ਤਿਆਰ ਕਰਦੇ ਕਹਿੰਦੇ ਲੜਕੀ ਸਾਡੀ ਗਲਤ ਨਹੀਂ ਹੋ ਸਕਦੀ ਇਹਦੇ ਚੰਗੇ ਸੰਸਕਾਰਾਂ ਦੀ ਉਹ ਕਹਿੰਦੇ ਸਾਡਾ ਲੜਕਾ ਗਲਤ ਨਹੀਂ ਹੁੰਦਾ ਵੀ ਚੰਗੇ ਸੰਸਕਾਰਾਂ ਦਾ ਤੇ ਲੜਾਈ ਕੌਣ ਕਰਾ ਗਿਆ ਇਹ ਜਿਹੜੀ ਮਾਂ ਭਾਰਤ ਘਰ 'ਚ ਲੱਗੀ ਏ ਹੋ ਕਿੱਥੋਂ ਰਹੀ ਏ ਹੁਣ ਇਥੇ ਸ਼ਬਦ ਵਰਤੇ ਸੇ ਗੁਣ ਮੰਨ ਨਾ ਆਵਣੀ ਉਹ ਗੁਣ ਮੇਰੇ ਜੀਵਨ 'ਚ ਨਹੀਂਗੇ ਜਿਹੜੇ ਗੁਣ ਇੱਕ ਸੁਹਾਗਣ ਬਣਨ ਵਾਸਤੇ ਚਾਹੀਦੇ ਆ ਹਉ ਕਹਿ ਜੀ ਦੋਸ਼ਤ ਰਹੇ ਹੋ ਫਿਰ ਅੱਗੇ ਕਹਿ ਦਤਾ ਕਹਿਣ ਲਗੇ ਕਿਆ ਗੁਣ ਤੇਰੇ ਵਿੱਚ ਰਾਂ ਮੈਂ ਕਿਹੜੇ ਕਿਹੜੇ ਤੇਰੇ ਗੁਣ ਬਿਆਨ ਕਰਾਂ ਹਉ ਕਿਆ ਕਿਆ ਕਿੰਨਾ ਤੇਰਾ ਨਾਮ ਜਿਉ ਮੈਂ ਕਿਹੜਾ ਕਿਹੜਾ ਤੇਰਾ ਨਾਮ ਲਵਾਂ ਕਿਹੜੇ ਕਿਹੜੇ ਤੇਰੇ ਮੈਂ ਗੁਣ ਦੀ ਗੱਲ ਕਰਾਂ ਕੋਈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰੂ ਚ ਭਗਵਾਨਾ ਜਿਵੇਂ ਇੱਕ ਕਮਣ ਗੁਣ ਕਹੀ ਹੈ ਬੇਸ਼ਮਾਰ ਬੇਅੰਤ ਸੁਆਮੀ ਤੇਰਾ ਅੰਤ ਨਾ ਕਿ ਨਹੀਂ ਲਈਏ ਇੱਕ ਤਟੋਲ ਨਾਮ ਬਣਾ ਇੱਕ ਵੀ ਇੱਕ ਵੀ ਤੁਹਾਡੇ ਵੱਲੋਂ ਦਿੱਤਾ ਹੋਇਆ ਪਦਾਰਥ ਉਹਦੇ ਬਲ ਬੂਤੇ ਤੇ ਮੈਂ ਸੁਆਗਣ ਨਹੀਂ ਬਣ ਸਕਦੀ ਮੈਂ ਉਹਦਾ ਮਲਾਪ ਹਾਂਸਲ ਨਹੀਂ ਕਰ ਸਕਦੀ ਹਾਂ ਸਦ ਕੁਰਬਾਨ ਹੈ ਤੇਰੇ ਜਾਉ ਜਿਉ ਹਾਂ ਮੈਂ ਤੇਰੇ ਤੋਂ ਕੁਰਬਾਨ ਜਾ ਸਕਦੀ ਹਾਂ ਪਰ ਤੁਹਾਡੇ ਵੱਲੋਂ ਦਿੱਤੇ ਹੋਏ ਪਦਾਰਥ ਦੇ ਬਲ ਬੂਤੇ ਉਦੇ صدਕਾ ਮੈਂ ਤੁਹਾਡੇ ਨਾਲ ਸਾਂਝ ਨਹੀਂ ਪਾ ਸਕਦੀ ਫਿਰ ਅਗੇ ਕਹਿੰਦੇ ਨੇ সোਇਨਾ ਰੂਪਾ ਰੰਗੂਲਾ ਵੇਖੋ ਮੈਂ سونے ਦੇ ਚਾਹ ਵਿੱਚ ਪੈ ਗਈ ਮੈਂ ਚਾਂਦੀ ਦੀ ਪકડ ਵਿੱਚ ਪੈ ਗਈ سونے ਦੀ ਪકડ ਵਿੱਚ ਪੈ ਗਈ ਰੰਗੂਲਾ ਮੋਤੀ ਤੇ ਮਾਨਕ ਜੀਓ ਹੀਰੇ ਮੋਤੀ ਜਵਾਰਤ ਸੇ ਵਸਤੂ ਸ਼ਹਿ ਦਿੱਤੀਆਂ ਕਹਿੰਦੇ ਵਸਤੂਆਂ ਸ਼ਹਿ ਵੱਲੋਂ ਮਿਲੀਆਂ ਹੋਈਆਂ ਸੀ ਮਾਲਕ ਵੱਲੋਂ ਮਿਲੀਆਂ ਹੋਈਆਂ ਸੀ ਕਦੇ ਮੈਂ ਇੰਨੀ ਅਭਾਗਣ ਰਹੀ ਕਿ ਤੈਨਸੇਉ ਲਾਇਆ ਚਿਤ ਜਿਉ ਮੈਂ ਉਹਨਾਂ ਦਾ ਚਿਤ ਲਾ ਲਿਆ ਹੁਣ ਮੰਨ ਲਓ ਪਤੀ ਬਾਹਰੋਂ ਕੋਈ ਵਸਤੂ ਲੈ ਕੇ ਆਵੇ ਤੇ ਔਰਤ ਭੱਜ ਕੇ ਪਦਾਰਥਾਂ ਨੂੰ ਪਵੇ ਪਤੀ ਨੂੰ ਚਾਹ ਪਾਣੀ ਵੀ ਨਾ ਪੁੱਛੇ ਮੰਨ ਲਓ ਘਰ ਚੋਂ ਬੱਚਿਆਂ ਲਈ ਕੋਈ ਚੀਜ਼ ਲੈ ਕੇ ਆਵੇ ਪਿਤਾ ਘਰ ਦਾ ਮੁਖੀ ਤੇ ਬੱਚੇ ਹੋਵੇ ਪਤਨੀ ਹੋਵੇ ਪਰਿਵਾਰਕ ਮੈਂਬਰ ਹੁਣ ਉਹ ਪਦਾਰਥਾਂ ਨੂੰ ਤੇ ਭੱਜ ਕੇ ਪਹਿਣ ਤੇ ਜਿਹੜਾ ਲੈ ਕੇ ਆਇਆ ਉਹਨੂੰ ਜਿਵੇਂ ਨਾਖਣ ਨੂੰ ਪਾਣੀ ਵੀ ਨਾ ਪੁੱਛਣ ਕੀ ਬੀਤੇ ਕੀ ਉਹਦੇ ਮਨ ਤੇ ਕਿਤੇ ਲੱਗਦਾ ਨਹੀਂ ਆਪਾਂ ਉਸ ਮਾਲਕ ਖਸਮ ਕੰਤਨ ਵਾਲੇ ਕੀਤਾ ਅਸੀਂ ਪਦਾਰਥਾਂ ਦੀ ਮੋਹ ਚ ਇਹੋ ਜੇ ਪੈ ਗਏ ਉਹਦੇ ਨਾਲ ਸਾਂਝੀ ਵੀ ਨਹੀਂ ਪਾਈ ਪਾਣੀ ਚ ਨਹੀਂ ਕਿਹਾ ਮਾਰੇ ਨੇ ਵੀ ਇਹ ਸਰੀਰ ਮੇਰਾ ਇਸ ਜਗ ਮੇ ਆਏ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇ ਤਉਦ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਹੁਣ ਇਥੇ ਸ਼ਬਦ ਵਰਤੇ ਆ ਸੋਇਨਾ ਰੂਪਾ ਰੰਗੁਲਾ ਮੋਤੀ ਤੇ ਮਾਨਕ ਜੀਓ ਸੇ ਵਸਤੂ ਸ਼ਹਿਦ ਦਿੱਤੀਆਂ ਉਹ ਵਸਤੂਆਂ ਸ਼ਹਿਹ ਕੋਲੋਂ ਮਿਲੀਆਂ ਸੀ ਮਾਲਕ ਕੋਲੋਂ ਮਿਲੀਆਂ ਸੀ ਉਹਨੇ ਦਿੱਤੀਆਂ ਸੀ ਭਾਵੇਂ ਇਥੇ ਇਹ ਇਹ ਦਾਤਾਂ ਮਾਲਕ ਜੀ ਮੈਨੂੰ ਮਿਲੀਆਂ ਹੋਏ ਸੀ ਮੈਂ ਇਹਨਾਂ ਨਾਲ ਤੇ ਸਾਂਝ ਪਾਲੀ ਇਹਨਾਂ ਨਾਲ ਤੇ ਆਪਣੀ ਸੁਰਤ ਜੋੜ ਲਈ ਤਿੰਸਿਓ ਲਾਇਆ ਚਿਤ ਜਿਓ ਮੰਦਰ ਮਿੱਟੀ ਸੰਧੜੇ ਮੰਦਰ ਘਰ ਮਿੱਟੀ ਮਿੱਟੀ ਦੇ ਪੱਥਰ ਦੇ ਬਣੇ ਹੋਏ ਮਾਰਬਲ ਲੱਗੇ ਹੋਏ ਨੇ ਟੇਲਾਂ ਲੱਗੀਆਂ ਹੋਈਆਂ ਨੇ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਓ ਮੈਂ ਆਪਣੀ ਜ਼ਿੰਦਗੀ ਦਾ ਮਨੋਰਥ ਕੀ ਬਣਾ ਲਿਆ ਇਹਨਾਂ ਨੂੰ ਆਪਣੀ ਰਾਸ ਪੂੰਜੀ ਬਣਾ ਲਿਆ ਬਣਾਉਣਾ ਕੀ ਸੀ ਹਰ ਰਾਸ ਮੇਰੀ ਮਨਵਟ ਜਾ ਰਾ ਬਣਾਉਣਾ ਸੀ ਰਾਸ ਹਰੀ ਨੂੰ ਸੱਚ ਨੂੰ ਮਾਲਕ ਨੂੰ ਮੈਂ ਰਾਸ ਬਣਾ ਲਿਆ ਪਦਾਰਥਾਂ ਨੂੰ ਮੇਰੀ ਜ਼ਿੰਦਗੀ ਚ ਸੋ ਕਿੱਥੋਂ ਆਉਣਾ ਸੀ ਹੁਣ ਦੋ ਕਿਸਮ ਦੀਆਂ ਧੀਆ ਹੁੰਦੀਆਂ ਨੇ ਧਿਆਨ ਨਾ ਸੁਣਿਓ ਭਾਈ ਗੁਰਦਾਸ ਜੀ ਨੇ ਸ਼ਬਦ ਬੜਾ ਪਿਆਰਾ ਵਰਤੇ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਨਹਿਰ ਕੁਾਰ ਕਰਨਿਆ ਲਾਡਲੀ ਕੇ ਮਾਨੀਆ ਤ ਵਿਆਹੇ ਸਸੁਰਾਰ ਜੈ ਗੁੰਨਨ ਕੇ ਮਾਨੀਐ ਜਦੋਂ ਲੜਕੀ ਪੇਕੇ ਘਰ ਹੁੰਦੀ ਹੈ ਨਾ ਉਹਨੂੰ ਚਾਹ ਪਾਣੀ ਨਹੀਂ ਬਣਾਉਣਾ ਆਉਂਦਾ ਉਹਨੂੰ ਕੋਈ ਕੰਮ ਨਹੀਂ ਕਰਨਾ ਆਉਂਦਾ ਪਰ ਮਾਂ ਬਾਪ ਫਿਰ ਵੀ ਪਿਆਰ ਕਰਦੇ ਨੇ ਕਿਉਂਕਿ ਉੱਥੇ ਉਹ ਲਾੜਨਾ ਲਾਡਾ ਨਾਲ ਬੱਚੀ ਪਾਲਦੇ ਆ ਲਾਡਾ ਨਾਲ ਰੱਖਦੇ ਆ ਉਹਨੂੰ ਪਰ ਸਹੁਰੇ ਘਰ ਜਾ ਕੇ ਉਹਦਾ ਜਿਹੜਾ ਵਸੀਬਾ ਹੋਣਾ ਨਾ ਉਹ ਲਾਡਾ ਨਾਲ ਨਹੀਂ ਹੋਣਾ ਉੱਥੇ ਉਹਨੇ ਗੁਣਾ ਕਰਕੇ ਵਸਣਾ ਜੇ ਗੋਣੋਏ ਤੇ ਉੱਥੇ ਦਰਾਣੀਆਂ ਜਠਾਣੀਆਂ ਚ ਤੌਰ ਨਾ ਰੋ ਜੇ ਗੋਣਣਾ ਹੋਏ ਤੇ ਲਾੜ ਤਾਂ ਮਾਂ ਹੀ ਬਣੂ ਲਾਡਾਂ ਤੇ ਮਾਨ ਰੱਖਿਆ ਸੀ ਨਾ ਪਿਤਾ ਨੇ ਲਾਡਾਂ ਨਾ ਰੱਖਿਆ ਸੀ ਪਰ ਸਹੁਰੇ ਘਰ ਜਾ ਕੇ ਤੇ ਗੁਣ ਜਿਹਨੂੰ ਕੰਮ ਕਰਨਾ ਆਉਂਦਾ ਹੋਵੇਗਾ ਜੀ ਉੱਥੇ ਪਰਿਵਾਰ ਚ ਰਹਿਣਾ ਆਉਂਦਾ ਜਿਹੜੇ ਗੁਣ ਸਹੁਰੇ ਪਰਿਵਾਰ ਚ ਰਹਿਣ ਲਈ ਚਾਹੀਦੇ ਉਹ ਆਉਂਦੇ ਹੋਣਗੇ ਤੇ ਇੱਜ਼ਤ ਹੋਏਗੀ ਉਹਦੀ ਪੇਕੇ ਘਰ ਤੇ ਠੀਕ ਹੈ ਵੀ ਮਾਪੇ ਨੇ ਲਾਡਾਂ ਨਾ ਰੱਖ ਲਿਆ ਨਹਿਰ ਕਹਿੰਦੇ ਪੇਕੇ ਘਰ ਨਹਿਰ ਕੁਆਰ ਕਰਨਿਆਂ ਲਾਡਲੀ ਕੇ ਮਾਨਯਤ ਵਿਆਹੇ ਜਦੋਂ ਵਿਆਹ ਹੀ ਜਾਂਦੀ ਸਸੁਰਾਰ ਗੁਣਨ ਕੇ ਮਾਨੀ ਉੱਥੇ ਗੁਣਾ ਨਾਲ ਮੰਨੀ ਜਾਣੀ ਏਕ ਲੜਕੀ ਉਹ ਹੈ कि ਜਿਹਨੂੰ ਪਤਾ ਹੈ ਇੱਕ ਲੜਕੀ ਹੁਣ ਵੇਖੋ ਦੋ ਕਿਸਮ ਦੇ ਪਰਿਵਾਰ ਹੁੰਦੇ ਨੇ ਇੱਕ ਨੇ ਆਪਣੀ ਜਦੋਂ ਧੀ ਨੂੰ ਵਿਆਹਾ ਉਹਦੇ ਦਿਮਾਗ ਚ ਪਹਿਲੇ ਜਾਂਦਿਆਂ ਗੱਲ ਫਿੱਟ ਹੁੰਦੀ ਹੈ ਜਾਂ ਕਈ ਵਾਰੀ ਮਾਫ ਕਰਨਾ ਹੈ ਪਹਿਲਾਂ ਮਾਫੀ ਮੰਗ ਲਵਾ ਕਈ ਵਾਰੀ ਮਾਵਾਂ ਵੀ ਇਹ ਗੱਲਾਂ ਦਿਮਾਗ ਜਿੱਤਿਆਂ ਦੇ ਪਾ ਦਿੰਦੀਆਂ ਬੜੀ ਕਮਾਈ ਖਾਲੀ ਸਾਡੇ ਜਵਾਈ ਦੇ ਹੁਣ ਉਹਨਾਂ ਨੇ ਹੁਣ ਜਾਂਦਿਆਂ ਸਾਰਾ ਕੰਟਰੋਲ ਕਰ ਲਈ ਉੱਥੇ ਹੁਣ ਜਦੋਂ ਲੜਕੀ ਦੀ ਮਾਂ ਦਖਲ ਦੇ ਰਹੀ ਹੈ ਨਾ ਲੜਕੀ ਦੇ ਆਪਣੇ ਸਹੁਰੇ ਪਰਿਵਾਰ ਚ ਉੱਥੇ ਸਮੱਸਿਆ ਇਹ ਆ ਰਹੀ ਵੀ ਲੜਕੀ ਨੇ ਜਾਂਦਿਆਂ ਹੀ ਹੁਣ ਉਹਨੂੰ ਜੇ ਤੋ ਚਾਵੇ ਘਰ ਦਾ ਮਾਹੌਲ ਵਧੀਆ ਬਣਾਉਣ ਲਈ ਵੀ ਮੈਂ ਪਰਿਵਾਰ 'ਚ ਵਧੀਆ ਰਹਿਣਾ ਤੋ ਉਹ ਇਹ ਸੋਚੇ ਵੀ ਜੇ ਮੇਰਾ ਪਤੀ ਮਾਲਕ ਤੇ ਮੈਂ ਵੀ ਮਾਲਕਣ ਜੇ ਮੇਰੀ ਸੱਸ ਮਾਂ ਮਾਲਕ ਤੇ ਮੈਂ ਵੀ ਮਾਲਕਣ ਜੇ ਮੇਰਾ ਸਹੁਰਾ ਪਿਤਾ ਮਾਲਕ ਤੇ ਮੈਂ ਵੀ ਮਾਲਕਣ ਤੇ ਜੇ ਉਹ ਮਾਲਕ ਦੀ ਬਿਰਤੀ ਨਾ ਜਾਵੇ ਹੋ ਸਕਦਾ ਪਦਾਰਥ ਵਧੀਆ ਲੈ ਲਵੇ ਪਰ ਉਹ ਇੱਜ਼ਤ ਮਾਨ ਉਹਦਾ ਸਹੁਰੇ ਪਰਿਵਾਰ 'ਚ ਹੋਵੇ ਹੀ ਨਾ ਹੁੰਦਾ ਕਈ ਜਾਂਦਿਆਂ ਪਰਸ ਕੰਟਰੋਲ ਚ ਕਰ ਲੈਂਦੀਆਂ ਸਭ ਕੁਝ ਵੀ ਕਿੱਥੇ ਕਿੱਥੇ ਮੈਨੂੰ ਦੱਸੋ ਕਾਪੀਆਂ ਕਿੱਥੇ ਤੁਹਾਡੀਆਂ ਤੁਸੀਂ ਕਿਹੜੇ ਕਿਹੜੇ ਤੁਹਾਡੇ ਪਲਾਟ ਨੇ ਜ਼ਮੀਨ ਤੁਹਾਡੀ ਕਿੱਥੇ ਕਿੱਥੇ ਇਦਾਂ ਦੀਆਂ ਵੀ ਲੜਕੀਆਂ ਹੈਗੀਆਂ ਨੇ ਤੇ ਇੱਕ ਇਦਾਂ ਦੀ ਲੜਕੀ ਉਹਦਾ ਵੀ ਰੂਪ ਸੁਣ ਲਓ ਹੁਣ ਇੱਕ ਲੜਕੀ ਗਈ ਪੇਕੇ ਘਰੋਂ ਸਹੁਰੇ ਘਰ ਉਹਦੇ ਆਧਿਆਨ ਵੀ ਹੈ ਨਹੀਂ ਉਹਦੇ ਮਨ ਚ ਖਿਆਲ ਵੀ ਹੈ ਨਹੀਂ ਕਿ ਜ਼ਮੀਨ ਸਾਡੀ ਕਿੱਥੇ ਹੈ ਕਾਰੋਬਾਰ ਕੀ ਆਪਣਾ ਕੋ ਆਪਣੇ ਕੰਮ ਨਾਲ ਮਸਤਾ ਠੀਕ ਹੈ ਬੜੀ ਲਿਖੀ ਹੈ ਪਰ ਬੜੇ ਤਰੀਕੇ ਨਾਲ ਸੈਟਿੰਗ ਕਰਕੇ ਪਰਿਵਾਰ ਚ ਰਹਿ ਰਹੀ ਹੈ 4-5 ਸਾਲ ਬੀਤੇ ਸੌਰੇ ਨੇ ਇੱਕ ਦਿਨ ਆਪਣੀ ਪਤਨੀ ਨੂੰ ਕਿਹਾ ਭਾਗਾਂ ਵਾਲੀ ਇੱਕ ਚੀਜ਼ ਨੋਟ ਕੀਤੀ ਹੈ ਜਿੱਦਨ ਦਾ ਆਪਣੀ ਧੀ ਵਿਆਹੀ ਗਈ ਹੈ ਆਪਣੇ ਨੋਹ ਵਿਆਹ ਕੇ ਆਪਾਂ ਕਰ ਲਿਆਂਦੀ ਕਿੰਨਾ ਇਹਨੇ ਆਪ ਨੂੰ ਪਿਆਰ ਦਿੱਤਾ ਆਪਾਂ ਨੂੰ ਤੇ ਆਪਣੀ ਧੀ ਦਾ ਖਿਆਲ ਵੀ ਨਹੀਂ ਆਇਆ ਕਿੰਨੇ ਇੱਜ਼ਤ ਨਾਲ ਆਪਾਂ ਰਹਿ ਰਹੇ ਹਾਂ ਕਿੰਨੇ ਮਾਨ ਸਤਕਾਰ ਨਾਲ ਆਪਾਂ ਨੂੰ ਜਲ ਪਾਣੀ ਸ਼ਿਕਾਉਂਦੀ ਏ ਅੱਗੇ ਪਿੱਛੇ ਭੱਜੀ ਫਿਰਦੀ ਕਿੰਨੀ ਸਿਆਣੀ ਧੀ ਏ ਕਿੰਨੇ ਚੰਗੇ ਸੰਸਕਾਰਾਂ ਵਾਲੀ ਸਰੋਆ ਸਾਬ ਨੇ ਆਪਣੀ ਪਤਨੀ ਨਾਲ ਸਲਾਹ ਕੀਤੀ ਭਾਗਾਂ ਵਾਲੀਏ ਆਪਾਂ ਕੜਾ ਸਦਾ ਸਦਾ ਬੈਠੇ ਰਹਿਣਾ ਹੈ ਬੜਾ ਆਨੰਦ ਵਾਲਾ ਜੀਵਨ ਜਿਊ ਰਹੇ ਆ ਆਪਾਂ ਆਪਾਂ ਸਾਰੀ ਕਾਰਮਕhtਿਆਰੀ ਆਪਣੀ ਨੋ ਨੂੰ ਦੇ ਦਈਏ ਨਾਲੇ ਹੁਣ ਤੇਰੀ ਵੀ ਉਮਰ ਬੜੀ ਹੋ ਗਈ ਹੈ ਐਦਾਂ ਜੋ ਘਰ ਦੀਆਂ ਚਾਬੀਆਂ ਜੋ ਤੇਰੇ ਕੋਲ ਚਾਰ ਪੈਸੇ ਅਗੇ ਨੇ ਜੋ ਆਪਣੇ ਕੋ ਕਿੱਥੇ ਕੋ ਪਲਾਟ ਹੈ ਜੇ ਕੋ ਜਮੀਨ ਦਾ ਪੇਪਰ ਹੈ ਸਾਰੇ ਨੂੰ ਫੜਾ ਸਾਹਮਣੇ ਰੱਖੇਗੀ ਉਹਨਾਂ ਆਵਾਜ਼ ਮਾਰੀ ਧੀਏ ਇਧਰ ਆ ਆ ਸਾਰਾ ਸਮਾਨ ਕਾਰੋਬਾਰ ਸਾਰਾ ਅਜ ਤੋਂ ਬਾਅਦ ਤੇਰ ਕੋ ਪੋਸ਼ ਕੇ ਤੁਰਾਂਗੇ ਅਸੀਂ ਤੂੰ ਘਰ ਦੀ ਮਾਲਕਣ ਹੈਂ ਤੇਰੇ ਕੋ ਪੁਸ਼ਕੇ ਤੋਇਆ ਕਰਾਂਗੇ ਹੁਣ ਉਹ ਪਿੱਛੋਂ ਸੋਚ ਲੈ ਕੇ ਨਹੀਂ ਆਈ ਵੀ ਮੈਂ ਸਾਰਾ ਸਮਾਨ ਆਪਣੇ ਕੋ ਹੜੱਪਣਾ ਏ ਪਰ ਇਹਨੂੰ ਸਹੁਰਾ ਪਰਿਵਾਰ ਸਾਰਾ ਦੇ ਰਿਹਾ ਏ ਇਹ ਕਹਿੰਦੀ ਜਦੋਂ ਮੇਰਾ ਪਿਤਾ ਮਾਲਕ ਮੈਂ ਵੀ ਮਾਲਕਣ ਜਦੋਂ ਮੇਰਾ ਪਤੀ ਮਾਲਕ ਮੈਂ ਮਾਲਕਣ ਜਦੋਂ ਮੇਰੀ ਸੱਸ ਮਾਂ ਮਾਲਕਣ ਤੇ ਮੈਂ ਮਾਲਕਣ ਉਹ ਪਰਿਵਾਰ ਨੇ ਸੰਸਕਾਰ ਚੰਗੇ ਦੇ ਕੇ ਤੁਰੇ ਸੀ ਵੀ ਜੇ ਨਾ ਤੇ ਸਹੁਰੇ ਨਾਲ ਖੜਨਾ ਨਾ ਸੱਸ ਨੇ ਨਾਲ ਖੜਨਾ ਪੁੱਤ ਤੇਰਾ ਹੀ ਏ ਉਹ ਚੰਗੇ ਸੰਸਕਾਰਾਂ ਦੀ ਲਈ ਤੇ ਇਦਾਂ ਸੋਚਦੀ ਏ ਹੁਣ ਉਹਨੂੰ ਸਭ ਕੁਝ ਦੇ ਰਹੇ ਆ ਉਹ ਕਹਿੰਦੀ ਨਹੀਂ ਮੈਂ ਤੇ ਜਦੋਂ ਤੁਸੀਂ ਮਾਲਕ ਤੇ ਮੈਂ ਮਾਲਕ ਆਪੀ ਹੋਈ ਨਾ ਹੁਣ ਇੱਕ ਪਿੱਛੋਂ ਸੋਚ ਕੇ ਗਈ ਹੈ ਕਿ ਸਾਰਾ ਕੁਝ ਮੈਂ ਹੜੱਪ ਕਰਨਾ ਹੈ ਹੁਣ ਉਹ ਸਾਰੀ ਸਾਰੀ એનર્ਜੀ ਇੱਥੇ ਲਾ ਰਹੀ ਹੈ ਵੀ ਮੈਂ ਵੇਖਣਾ ਪਤੀ ਦੀ ਕਮਾਈ ਕਿੰਨੀ ਹੈ ਸਾਰੇ ਉੱਥੇ ਮਾਂ ਨੂੰ ਦੇਈ ਜਾਂਦਾ ਕਿਤੇ ਮੈਨੂੰ ਤਾਂ ਪੁੱਛਦਾ ਵੀ ਨਹੀਂ ਆ ਐਦਾਂ ਨਹੀਂ ਕਰਦਾ ਬਸ ਇੱਥੇ ਬਖੇੜੇ ਖੜੇ ਹੋ ਰਹੇ ਇੱਥੇ ਇੱਥੇ ਸਭ ਤੋਂ ਵੱਡੀ ਸਮੱਸਿਆ ਹੋ ਰਹੀ ਹੈ ਸਭ ਤੋਂ ਵੱਡੀ ਪਰਖ ਦੀ ਘੜੀ ਉਸ ਵਕਤ ਮਰਦ ਵਾਸਤੇ ਹੁੰਦੀ ਹੈ ਇੱਕ ਬੰਨੇ ਮਾਂ-ਬਾਪ ਇੱਕ ਬੰਨੇ ਜਿਹੜੀ ਵਿਆਹੀ ਆਈ ਲੜਕੀ ਉਹ ਹੁੰਦੀ ਹੈ ਉੱਥੇ ਉਹਨੇ ਇੱਕ ਬਹੁਤ ਜਿਵੇਂ ਤਰਾਜੂ ਹੁੰਦਾ ਨਾ ਸੂਈ ਵਿਚਕਾਈ ਹੁੰਦੀ ਹੈ ਉੱਥੇ ਮਾੜਾ ਜੇ ਤੁਸੀਂ ਵੇਖੋ ਸਮਾਨ ਵੱਧ ਪੈ ਜੇ ਵਟਿਆਂ ਵਾਲਾ ਪਾਸਾ ਉੱਚਾ ਹੋ ਜਾਣਾ ਤੇ ਜੇ ਸਮਾਨ ਘੱਟ ਪੈ ਗਿਆ ਤੇ ਵਟਿਆਂ ਵਾਲਾ ਪਾਸਾ ਨੀਵਾ ਹੋ ਜਾਣਾ ਪਰਖ ਦੀ ਘੜੀ ਸਭ ਤੋਂ ਵੱਧ ਲੜਕੇ ਦੀ ਹੈ ਜਿਹੜੇ ਸੋਚਿਓ ਜਰੂਰ ਗ੍ਰਸਤੀ ਪਰਿਵਾਰਾਂ ਵਾਲੇ ਤੁਸੀਂ ਘਰਾਂ 'ਚ ਬੈਠੇ ਵੀ ਉੱਥੇ ਇੱਕ ਸੋਹਣਾ ਤਰੀਕੇ ਨਾਲ ਜੀਵਨ ਜੂਣ ਵਾਸਤੇ ਨਾ ਤੇ ਆਪਣੀਆਂ ਧੀਆਂ ਨੂੰ ਇਹ ਮਾਤ ਦੇ ਕੇ ਤੋਰੋ ਤੇ ਨਾ ਸਹੁਰੇ ਪਰਿਵਾਰੀ ਲੜਕੀ ਨੂੰ ਕਸ਼ਟ ਦੇਣ ਉਹਨੂੰ ਵੀ ਆਪਣੀ ਧੀ ਜਾਣਨ ਤਾਂ ਘਰ ਸਾਡੇ ਸਵਰਗ ਬਣ ਸਕਦੇ ਸਾਨੂੰ ਕਿਸੇ ਜੋਤਸ਼ੀ ਪਾਂਦੇ ਪੰਡਤ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਬਸ ਭਾਂਡੇ ਖੜਕਦੇ ਨੇ ਬਰਤਨ ਖੜਕਦੇ ਨੇ ਘਰਾਂ ਚ ਮਾੜਾ ਮੂੜ ਉਤਰਾ ਚੜਾ ਹੁੰਦਾ ਕਿਹਦੇ ਘਰ ਚ ਨਹੀਂ ਹੁੰਦਾ ਪਰ ਉਹਨੂੰ ਅੰਦਰ ਹੀ ਠੀਕ ਕਰ ਲਓ ਇਹਨਾਂ ਵੀ ਪੰਚਾਇਤਾਂ ਆਉਣ ਕਈਆਂ ਦੀਆਂ ਲੜਾਈਆਂ ਹੁੰਦੀਆਂ ਪਤੀ ਪਤਨੀ ਕਿਹੜੇ ਜਣ ਬਣ ਨਹੀਂ ਹੁੰਦੀਆਂ ਕੌੜੇ ਕਸਲੇ ਸ਼ਬਦ પતિ ਪਤਨੀ ਆਪਸ ਵਿੱਚ ਹੋ ਜਾਂਦੇ ਨੇ ਪਰ ਉਹ ਹੋ ਵੀ ਜਾਂਦੇ ਨੇ ਕਈ ਵਾਰੀ ਬੱਚਿਆਂ ਤੱਕ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਕਈ ਪਤੀ ਪਤਨੀ ਚ ਅਣਬਣ ਸ਼ਬਦਾਂ ਦੀ ਹੋ ਜਾਂਦੀ ਪਰ ਬੱਚਿਆਂ ਨੂੰ ਸਾਰੀ ਜ਼ਿੰਦਗੀ ਨਹੀਂ ਪਤਾ ਹੁੰਦਾ ਵੀ ਸਾਡੇ ਮਾਂ ਬਾਪ ਕਦੀ ਬੋਲੇ ਵੀ ਨਹੀਂ ਉਹ ਲੜਦੇ ਵੀ ਆ ਥੋੜਾ ਸਾਈਡ ਤੇ ਹੋ ਕੇ ਤੇ ਕਈਆਂ ਦਾ ਮੇਰੇ ਖਿਆਲ ਚ ਇਲਾਕੇ ਚ ਪਤਾ ਲੱਜਿੰਦਾ ਜਿੰਨੀ ਦੇਰ ਤੱਕ ਪੁਲਿਸ ਨਾ ਆਵੇ ਜਿੰਨੀ ਦੇਰ ਤੱਕ ਲਾਗੇ ਲਾਗੇ ਮਾਸੜ ਮਾਸੀ ਨੂੰ ਭੂਆ ਫੁਫਣੂ ਨੂੰ ਨਾ ਪਤਾ ਲੱਗੇ ਨਜ਼ਾਰਾ ਹੀ ਨਹੀਂ ਆਉਂਦਾ ਫਿਰ ਉਹ ਰਿਸ਼ਤੇਦਾਰਾਂ ਕੇ ਮਨਾ ਕੇ ਰੋਟੀ ਖਵਾਉਂਦੇ ਆ ਤੂ ਫਿਰ ਲੜਾਈ ਦੀ ਭੰਕਰ ਹੋ ਜਾਂਦੀ ਹੈ ਤੇ ਉਦਾਂ ਅਸੀਂ ਕਵਾਂਗੇ ਜੀ ਵੇਖੋ ਜੀ ਇਹ ਤੇ ਗ੍ਰਸਤੀ ਮਾਫ ਕਰਨਾ ਜਲੂਸ ਕੱਢਿਆ ਬਹੁਤਿਆਂ ਨੇ ਇਸ 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 ਮਾਰਗ ਦਾ ਬਹੁਤ ਵੱਡਾ ਜਲੂਸ ਕੱਢਿਆ ਕਿਉਂਕਿ ਉਹਦੇ ਪਿੱਛੇ ਇੱਕ ਵਜ੍ਹਾ ਸੀ ਹੁਣ ਇਹ ਸ਼ਬਦ ਕਿੱਡਾ ਪਿਆਰਾ ਵਰਤੇ ਵੀ ਸੋਇਨਾ ਰੂਪਾ ਰੰਗੋਲਾ ਮੋਤੀ ਤੇ ਮਾਨਕ ਜੀਓ ਹੁਣ ਇੱਥੇ ਭਾਵੇਂ ਗੱਲ ਉਸ ਕੰਤ ਪਰਮਾਤਮਾ ਦੀ ਮੈਂ ਤੇ ਇਹਨਾਂ ਨਾਲ ਹੀ ਸਾਂਝ ਪਾ ਕੇ ਬੈਗੀ ਉਹਨੂੰ ਤੇ ਪੁੱਛਿਆ ਵੀ ਨਹੀਂ ਸੇਵ ਵਸਤੂ ਸ਼ਹਿਦ ਦਿੱਤੀਆਂ ਉਹ ਵਸਤੂਆਂ ਮਾਲਕ ਵੱਲੋਂ ਮਿਲੀਆਂ ਹੋਈਆਂ ਸੀ ਮੈਂ ਤेंशन ਲਾਇਆ ਚਿੱਤ ਜੋ ਮੈਂ ਤੇ ਉਹਨਾਂ ਨਾਲ ਹੀ ਚਿੱਤ ਲਾ ਕੇ ਬਹਿ ਗਈ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੋ ਮੈਂ ਤੇ ਇਹਨਾਂ ਨੂੰ ਰਾਸ ਪੂੰਜੀ ਬਣਾ ਲਿਆ ਹਾਂ ਇੰਨੀ ਟੋਲੀ ਭੁੱਲੀ ਅਸ ਮੈਂ ਇਹਨਾਂ ਨੂੰ ਹੀ ਇਹਨਾਂ ਦੇ ਮੋਹ ਚ ਪੈ ਗਈ ਭੁੱਲ ਗਈ ਕੰਤ ਨਾਲ ਬੈਠੀ ਪਾਸ ਜੋ ਮੈਂ ਤੇ ਕੰਤ ਕੋਲ ਹੁਣ ਮੰਨ ਲਓ ਪਤੀ ਬਾਹਰੋਂ ਕੋਈ ਸਮਾਨ ਲੈ ਕੇ ਆਇਆ ਉਹ ਸੂਟ ਹੀ ਲੈ ਕੇ ਆਇਆ ਹੋਵੇ ਕੋਈ ਬੱਚਿਆਂ ਵਾਸਤੇ ਸਮਾਨ ਬੱਚੇ ਸਮਾਨ ਫੜ ਕੇ ਆਪਣੇ ਬੈਡਰੂਮ ਜਾਵਣ ਪਤਨੀ ਆਪਣੇ ਚ ਵਾਬਣ ਤੇ ਜਿਹੜੇ ਲੈ ਕੇ ਆਏ ਹੋਣ ਸਰਦਾਰ ਸਾਹਿਬ ਉਹ ਉਹ ਲੌਬੀ 'ਚ ਬੈਠੇ ਉਹਨਾਂ ਨੂੰ ਕੋ ਪਾਣੀ ਵੀ ਨਾ ਪੁੱਛੇ ਉਹ ਮੂੰਹ ਚੋ ਕੇ ਵੇਖਣ ਵੀ ਕਿ ਇਹਨਾਂ ਨੇ ਨਹੀਂ ਲੈ ਕੇ ਆਇਆ ਮੈਂ ਵੀ ਤੀਨੇ ਨੇ ਨਹੀਂ ਪੁੱਛਿਆ ਪਾਣੀ ਮਾਂ ਨੇ ਵੀ ਨਹੀਂ ਪੁੱਛਿਆ ਬੱਚਿਆਂ ਨੇ ਵੀ ਨਹੀਂ ਪੁੱਛਿਆ ਕੋਈ ਪਰਿਵਾਰ ਦਾ ਜੀ ਜਲ ਪਾਣੀ ਪੁੱਛਣ ਲੋ ਵੀ ਨਹੀਂ ਤਿਆਰ ਤੇ ਸਮਾਨ ਨਾ ਜਾ ਕੇ ਸਾਂਝ ਪਾ ਲਈਆ ਤੋ ਇਥੇ ਸ਼ਬਦ ਵਰਤਿਆ ਕਹਿਣ ਲੱਗੇ ਵੇਖੋ ਹਉ ਇਨੀ ਟੋਲੀਂ ਪੁੱਲੀ ਅਸ ਮੈਂ ਇਨ੍ਹਾਂ ਇਨ੍ਹਾਂ ਦੇ ਮੋਚ ਪੈ ਕੇ ਹੀ ਭੁੱਲ ਗਈ ਤਿਸ ਕੰਤਨ ਬੈਠੀ ਪਾਜੀ ਆਜਾ ਲੱਗਦਾ ਨਹੀਂ ਅੱਜ ਘਰ ਵੱਡਾ ਬਣ ਗਿਆ ਘਰ ਪਿਆਰਾ ਲੱਗਣ ਲੱਗ ਪਿਆ ਕੰਤ ਭੁੱਲੀ ਗਿਆ ਮਾਲਕ ਭੁੱਲੀ ਗਿਆ ਰੱਬ ਭੁੱਲੀ ਗਿਆ ਰੱਬ ਭੁੱਲਿਆ ਹੀ ਐ ਬੇਮੁਖ ਹੋਏ ਆਰਾਮ ਤੇ ਲੱਗਣ ਜਨਮ ਜੋਗ ਹੀ ਐ ਉਦਾਂ ਪੁੱਤ ਮੰਗਵਾ ਕੇ ਨੇ ਜੇ ਪੁੱਤਰ ਦੇ ਵਿਆਹ ਵਾਲੇ ਦਿਨ ਰੱਬ ਚੇਤੇ ਕਿੰਨੂੰ ਹੁੰਦਾ ਜੀ ਦੱਸਿਓ ਭਲਾ ਜਦੋਂ ਪੁੱਤਰ ਦਾ ਆਨੰਦ ਕਰੀ ਹੁੰਦਾ ਪਰਮਾਤਮਾ ਚੇਤੇ ਕਿੰਨੂੰ ਹੁੰਦਾ ਉਦਣ ਰੱਬ ਤੇ ਭੁੱਲਿਆ ਹੁੰਦਾ ਸਨ ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਖਿੰਮੇ ਕੋੜੇ ਹੋਏਗੇ ਜਿਤੜੇ ਮਾਇਆ ਭੋਗ ਹੈ ਖਸਮਦਸਾਰ ਕੀਏ ਰਸ ਭੋਗ ਤਾਂ ਤਨ ਉਠ ਖਲੋਏ ਰੋਗ ਹੁਣ ਇਥੇ ਸ਼ਬਦ ਵਰਤਿਆ ਹਾਂ ਇੰਨੀ ਟੋਲੀ ਭੁੱਲੀ ਅਸ ਤੇ ਸਕੰਤ ਨਾ ਬੈਠੀ ਪਾਸ ਜਿਉ ਅੰਬਰ ਅੰਬਰ ਕਹਿੰਦੇ ਨੇ ਆਕਾਸ਼ ਨੂੰ ਕੂੰਜਾਂ ਕੁਰਲੀਆਂ ਹੁਣ ਧਿਆਨ ਨਾ ਸੁਣੋ ਇਸ ਗੱਲ ਨੂੰ ਹੁਣ ਪਤਾ ਨਹੀਂ ਹਾਲਤ ਕਿਉਂ ਹੋਈ ਇਹ ਹਾਲਤ ਮੇਰੀ ਪਤਾ ਕਿਉਂ ਹੋਈ ਆ ਹੁਣ ਮੈਨੂੰ ਸਮਝ ਲੱਗ ਗਈ ਅੰਬਰਦਾਰਤਾ ਆਕਾਸ਼ ਆਕਾਸ਼ ਦੂਰ ਆ ਨਾ ਕੂੰਜਾਂ ਗੋਣ ਕੁਰਲੀਆਂ ਕੁਰਲ-ਕੁਰਲ ਕਰਦੀਆਂ ਜਿਹੜੇ ਮੇਰੇ ਅੰਦਰ ਗੋਲ ਰੂਪੀ ਕੂੰਜਾਂ ਸੀ ਨਾ ਉਹ ਆਕਾਸ਼ ਵਿੱਚ ਚਲੇ ਗਈਆਂ ਪਾ ਮੇਰੀ ਜ਼ਿੰਦਗੀ ਚੋਂ ਦੂਰ ਹੋ ਗਈਆਂ ਅੰਬਰ ਦੂਰ ਆ ਨਾ ਆਕਾਸ਼ ਬਹੁਤ ਦੂਰ ਆ ਅੰਬਰ ਕੂੰਜਾਂ ਗੋਣ ਕੁਰਲੀਆਂ ਕੁਰਲ-ਕੁਰਲ ਕਰਦੀਆਂ ਦੂਰ ਚਲੇ ਗਿਆਂ ਤੇ ਬੱਗ ਬਗਲੇ ਬਗਲੇ ਕੀ ਆ ਔਗਣ ਬੈਠੇ ਆਏ ਔਗਣਾ ਲਿਆਣ ਕੇ ਡੇਲਾ ਲਾ ਲਿਆ ਇਥੇ ਇਥੋਂ ਗੋਣ ਚਲੇ ਗਏ ਦੂਰ ਤੇ ਬਗਲੇ ਪਖੰਡ ਇਥੇ ਆਣ ਕੇ ਬਹਿ ਗਏ ਪਖੰਡ ਸਮਝੋਣ ਬੱਗ ਬੈਠੇ ਆਏ ਜੀਓ ਬਗਲੇ ਆਣ ਕੇ ਬਹਿ ਗਏ ਇਥੇ ਹੁਣ ਬਗਲੇ ਸਮਝੀਦੇ ਪਖੰਡ ਇਥੇ ਆਣ ਕੇ ਬਹਿ ਗਿਆ ਵਾ ਗੋਣ ਨਿਕਲ ਗਏ ਪਖੰਡ ਜਨਾ ਮਰਜ਼ੀ ਕਰਾ ਲਓ ਧਰਮ ਦੇ ਨਾਮ ਤੇ ਸੰਗਰਾਂਦਾਂ ਤੇ ਮੱਥੇ ਟਕਾ ਲਓ ਪੂਰਨਮਾਸ਼ੀਆਂ ਤੇ ਮੱਥੇ ਟਕਾ ਲਓ ਮਸਿਆਂ ਨਵਾ ਲਓ ਬਗਲੇ ਜਾਂ ਪਖੰਡ ਬਾਹਰੋਂ ਵੇਖਣ ਨੂੰ ਲੱਗਦਾ ਧਰਮੀ ਬੜਾ ਪਰ ਗੋਣ ਹੈ ਹੀ ਨਹੀਂ ਉਹ ਤੇ ਕੁੰਜਾਂ ਕੁਰਲੀਆਂ ਅੰਬਰ ਕੁੰਜਾਂ ਕੁਰਲੀਆਂ ਬੱਗ ਬੈਠੇ ਆਏ ਜੀਓ ਇਹ ਇਹਨੂੰ ਹੁਣ ਲਾ ਲਓ ਪਹਿਲਾਂ ਲਾ ਲਓ ਧਰਮ ਦੇ ਤੌਰ ਤੇ ਵੀ ਬਾਹਰੋਂ ਪਖੰਡ ਜੀਵਨ ਚ ਆ ਗਿਆ ਗੁਣ ਨਿਕਲ ਗਏ ਇਹਨੂੰ ਹੁਣ ਲਾ ਲਓ ਗ੍ਰਿਸ਼ਤੀ ਪਰਿਵਾਰ ਚ ਵੀ ਆਏ ਗਏ ਦੇ ਸਾਹਮਣੇ ਪਪਾ ਜੀ ਬੀਬੀ ਜੀ ਐਦਾਂ ਕਹਿਣਾ ਤੇ ਜਦੋਂ ਮੜਾ ਜਾ ਕੋਈ ਰਿਸ਼ਤੇਦਾਰ ਪਰਾਂ ਜਾਣਾ ਤੇ ਫਿਰ ਮਾਫ ਕਰਨਾ ਇਹੋ ਜੇ ਸ਼ਬਦ ਮੈਂ ਕਈ ਵੇਖੇ ਸੱਸਾਂ ਨੂੰ ਇਹਨੇ ਭੈੜੇ ਸ਼ਬਦ ਬੋਲਦੀਆਂ ਵਾਂ ਕਈ ਪੋਤਾ ਆਪਣੀਆਂ ਮਾਵਾਂ ਨੂੰ ਆਪਣੇ ਪਿਤਾ ਨੂੰ ਇਹਨੇ ਭੱਦੇ ਸ਼ਬਦ ਬੋਲਦੇ ਨੇ ਯਾਨੀ ਕਿ ਕੀ ਹੋ ਗਿਆ ਗੁਣ ਦੂਰ ਹੋ ਗਏ ਆ ਤੇ ਬਗਲੇ ਪਖੰਡ ਇੱਥੇ ਆਣ ਕੇ ਬਹਿ ਗਏ ਤਾਂ ਉਹ ਬਗਲੇ ਜਦੋਂ ਘਰ ਕੋ ਆਇਆ ਗਿਆ ਹੁੰਦਾ ਨਾ ਉਦੋਂ ਬਹੁਤ ਸੋਹਣੇ ਤਰੀਕੇ ਨਾਲ ਫੱਪ ਫੱਪ ਬੈਠਦੇ ਉਦੋਂ ਬੀਬੀ ਜੀ ਪਾਪਾ ਜੀ ਐਦਾਂ ਪਹਿਲਾਂ ਰੋਟੀ ਪੁੱਛਣੀ ਵੀ ਜਿਵੇਂ ਇਹ ਸਾਰਾ ਪਰਿਵਾਰ ਪਹਿਲਾਂ ਮਾਂ ਨੂੰ ਤੇ ਪਿਤਾ ਨੂੰ ਰੋਟੀ ਖਵਾ ਕੇ ਫੇਰ ਹੀ ਖਾਂਦਾ ਹੁਣ ਸਾਰਿਆਂ ਤੇ ਨਹੀਂ ਗੱਲਾਂ ਟੋਕਦੀਆਂ ਹੈਗੇ ਨੇ ਕਈ ਜਿਹੜੇ ਮਾਂ ਬਾਪ ਦੀ ਇੱਜ਼ਤ ਕਰਦੇ ਨੇ ਪਰ ਉਂਗਲਾਂ ਤੇ ਗੈਣ ਵਾਲੇ ਨੇ ਜੇ ਸਾਰੇ ਕਰਨ ਵਾਲੇ ਹੁਣ ਤੇ ਬਿਰਧ ਆਸ਼ਰਮਾਂ 'ਚ ਬਜ਼ੁਰਗ ਕਿਉਂ ਰੋਲਣ ਪਲਾ ਜੇ ਸਾਰਿਆਂ ਦੇ ਅੰਦਰ ਹੀ ਗੁਣ ਰੂਪੀ ਕੁੰਜਾ ਹੋਣ ਤੇ ਫਿਰ ਬਿਯੁਰਗ ਬਿਰਦਾ ਆਸ਼ਰਮਾਂ ਚ ਕਿਉਂ ਰਹਿਣ ਹੁਣ ਫੇਰ ਦੁਬਾਰਾ ਪੜਿਓ ਅੰਬਰ ਕੂੰਜਾਂ ਅੰਬਰ ਦੂ ਆਕਾਸ਼ ਕੂੰਜਾਂ ਗੋਣ ਕੁਰਲੀਆਂ ਕੁਰਲ ਕੁਰਲ ਕਰਦੀਆਂ ਦੂਰ ਚਲੇ ਗਈਆਂ ਬਗ ਬੈਠੇ ਆਏ ਜੀਓ ਹੁਣ ਅਸੀਂ ਸੋਚਿਆ ਸ਼ਾਇਦ ਮਹਾਰਾਜ ਨੇ ਇੱਥੇ ਕੂੰਜਾਂ ਦੀਆਂ ਤੇ ਬੰਗਲਿਆਂ ਦੀਆਂ ਗੱਲਾਂ ਕੀਤੀਆਂ ਮਹਾਰਾਜ ਕਿਸੇ ਬਗਲੇ ਨੂੰ ਉਪਦੇਸ਼ ਕੋ ਕਿ ਬਗਲਾ ਤੇ ਭੁੱਲ ਭੁੱਲੇ ਕੇ ਜੇ ਕਿਤੇ ਗੁਰਦੁਆਰੇ ਆ ਵੀ ਗਿਆ ਆਪਾਂ ਮਾਰ ਕੇ ਛੂਟੀ ਭਜਾ ਦੇਣਾ ਇੱਥੇ ਗੱਲ ਬਗਲਿਆਂ ਦੀ ਹੋ ਰਹੀ ਆ ਅੱਛਾ ਉਦਾਂ ਬਗਲਾ ਅੰਦਰ ਨਹੀਂ ਆਉਂਦਾ ਪਰ ਉਦਾਂ ਬਗਲੇ ਬਹੁਤ ਬੈਠੇ ਹੁੰਦੇ ਪਖੰਡੀ ਜਿਵੇਂ ਕੁੱਤੇ ਉਦਾਂ ਗੁਰਦੁਆਰੇ ਜਾ ਕੇ ਸੋਟਾ ਲੈ ਕੇ ਭਜੋਣਾ ਪਰ ਲਾਲਚੂਪੀ ਕੁੱਤਾ ਨਾਲ ਆਉਂਦੇ ਰੋ ਗੋਲ ਜੋ ਪੈਸੇ ਕੱਢਦਾ ਪੜਿਆ ਜਾਂਦਾ ਹੁਣ ਇਥੇ ਸ਼ਬਦ ਵਰਤਿਆ ਅੰਬਰ ਕੂੰਜਾਂ কুরਲੀਆਂ ਬਗ ਬੈਠੇ ਆਏ ਜਿਓ ਸਾਤਨ ਚੱਲੀ ਸਹੁਰੇ ਹੁਣ ਹੁਣ ਗੁਣ ਕੋਲ ਨਾ ਹੋਣ ਤੇ ਬਗਲੇ ਅੰਦਰ ਬੈਠੇ ਹੋਣ ਤੇ ਇਹੋ ਜੀ ਜੀਵੀ ਸਤਰੀ ਸਹੁਰੇ ਚਲੀ ਵੀ ਜਾਵੇ ਮੰਨ ਲਓ ਇਹੋ ਜਿਹੜਾ ਤੁਸੀਂ ਵਿਆਹ ਕਰ ਵੀ ਦਿਓ ਸਾਤਨ ਚੱਲੀ ਸਹੁਰੇ ਇਹੋ ਜਿਹੇ ਨੂੰ ਤੁਸੀਂ ਕਿਸੇ ਦੇ ਲਾੜ ਲਾ ਵੀ ਦਿਓ ਕਰੂਗੇ ਨਾ ਬੇੜਾ ਕਰ ਕਰੇ ਦਾ ਸਾਸ ਸੰਗਤ ਜੀ ਜੇ ਇਹੋ ਜਿਹੇ ਪੁੱਤ ਦੇ ਕੋਲ ਗੁਣ ਰੂਪੀ ਕੁੰਜਾਂ ਚਲ ਗਈਆਂ ਦੂਰ ਤੇ ਬਗਲੇ ਆਣ ਕੇ ਬਹਿ ਗਏ ਅੰਦਰ ਤੇ ਇਹੋ ਜਿਹੇ ਤੁਸੀਂ ਕਿਸੇ ਲੜਕੀ ਨਾਲ ਵਿਆਹ ਤਾਂ ਜਾਂ ਜੇ ਜੇ ਇਹ ਗੁਣ ਰੂਪੀ ਕੁੰਜਾਂ ਲੜਕੇ ਚੋਂ ਬਾਹਰ ਗਈਆਂ ਹੋਈਆਂ ਤੇ ਪਖੰਡ ਰੂਪੀ ਬਗਲੇ ਲੜਕੇ ਦੇ ਅੰਦਰ ਬੈਠੇ ਹੋਏ ਤੇ ਕਿਸੇ ਚੰਗੇ ਪਰਿਵਾਰ ਦੀ ਧੀ ਦੀ ਜ਼ਿੰਦਗੀ ਤਬਾਹ ਕਰਤੀ ਨਾ ਤੁਸੀਂ ਤੇ ਜੇ ਇਹ ਅੰਬਰ ਕੁੰਜਾਂ কুরਲੀਆਂ ਧੀ ਵਿੱਚੋਂ ਬਾਹਰ ਹੋਈਆਂ ਜਾਨੀ ਕਿ ਔਗਣਾ ਪਖੰਡ ਕਰਮਕਾਂਡ ਬਗਲੇ ਅੰਦਰ ਬੈਠੇ ਹੋਏ ਤੇ ਕਿ ਚੰਗੇ ਪਰਿਵਾਰ ਦਾ ਸਤਿਆਨਾਸ਼ ਮਾਰਤਾ ਨਾ ਤੁਸੀਂ ਹੋ ਰਿਹਾ ਕਿ ਨਹੀਂ ਹੋ ਰਿਹਾ ਤੁਸੀਂ ਆਪ ਵੇਖ ਲਓ ਹੁਣ ਲਾਵਾਂ ਤੋਂ ਪਹਿਲਾਂ ਅਸੀਂ ਤੇ ਕਹਿੰਨੇ ਆ ਖੇੜ ਹੈਗੀ ਆ ਦੋ ਘੰਟਿਆਂ ਦੀ ਲਾਵਾਂ ਕਰਾਓ ਤੇ ਕੰਮ ਲੱਭ ਗਿਆ ਪਰ ਆ ਸ਼ਬਦ ਕਿਹਨੇ ਪੜਨੇ ਤੋਂ ਪਹਿਲਾਂ ਇਹ ਲਾਵਾਂ ਤੋਂ ਪਹਿਲਾਂ ਨਹੀਂ ਸ਼ਬਦ ਇੱਥੇ ਹੁਣ ਸ਼ਬਦ ਵਰਤਿਆ ਸਾ ਧਨ ਚੱਲੀ ਸੌਹਰੇ ਹੁਣ ਉਹ ਜੀਵ ਇਸਤਰੀ ਸੌਹਰੇ ਚਲੇ ਚੱਲੀ ਆ ਹਉ ਕਿਆ ਮੂੰਹ ਹਾਂ ਹੁਣ ਕੀ ਸ਼ਬਦ ਵਰਤਿਆ ਕਹਿਣ ਲੱਗੇ ਸਾ ਧੰਨ ਚੱਲੀ ਸੌਰੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਮੂੰਹ ਕਿਹੜਾ ਲੈ ਕੇ ਜਾਏਂਗੀ ਗੁਣ ਤੇ ਇੱਕ ਵੀ ਨਹੀਂ ਤੇਰੇ ਕੋਲ ਟਰੱਕ ਸਮਾਨ ਦੇ ਨਾਲ ਥੋੜਾ ਸੌਰੇ ਜਾ ਕੇ ਵਸਣਾ ਤੂੰ ਵੀ ਉਹ ਕਹਿਣਗੇ 에어 ਕੰਡੀਸ਼ਨ ਹੈ ਗੱਡੀ ਬਹੁਤ ਵੱਡੀ ਨਾਲ ਲੈ ਕੇ ਆਈ ਆ ਜੇ ਅੰਦਰ ਗੁਣ ਹੈ ਨਹੀਂ ਕਿਉਂਕਿ ਗੁਣ ਤੇ ਕੁੰਝਾਂ কুরਲੀਆਂ ਦੂਰ ਚਲੇ ਗਏ ਆ ਔਗਣਾਂ ਦੇ ਅੰਦਰ ਬਹਿ ਗਏ ਤੇ ਸੌਰੇ ਚਲੇਗੀ ਹੁਣ ਪਿਆਰਿਓ ਪਾਵੇਂ ਇੱਥੇ ਪਰਮੇਸ਼ਰ ਪ੍ਰਭੂ ਪਤੀ ਦੀ ਗੱਲ ਸੀ ਇਹਨਾਂ ਇਹਨਾਂ ਗੁਣਾਂ ਨੂੰ ਇਹਨਾਂ ਸ਼ਬਦਾਂ ਨੂੰ ਆਪਣੇ ਗ੍ਰਸਤੀ ਜੀਵਨ ਚ ਲਾ ਕੇ ਵੇਖੋ ਹੁਣ ਇਹੋ ਜੀ ਜੀਵ ਇਸਤਰੀ ਦਾ ਇਹੋ ਜੇ ਲੜਕੇ ਲੜਕੀ ਦਾ ਤੁਸੀਂ ਵਿਆਹ ਕਰਦੇ ਹੋ ਜਿਹਦੇ ਵਿੱਚ ਗੁਣ ਨਾ ਹੋਣ ਤੇ ਉਹ ਗਣਾ ਦੇ ਹੀ ਬਗਲੇ ਬੈਠੇ ਹੋਣ ਤੇ ਕਿਦਾਂ ਪਰਿਵਾਰ ਚੱਲੂਗਾ ਹੁਣ ਕਿਆ ਮੂੰਹ ਦੇਸੀ ਹਾਂ ਕਿਤੇ ਕਿਤੇ ਸ਼ਬਦ ਵਰਤ ਕੇ ਕਹਿੰਦੇ ਕਿਆ ਮੂੰਹ ਦੇਸੀ ਅੱਗੇ ਜਾਏ ਜੀਓ ਕੀ ਮੂੰਹ ਲੈ ਕੇ ਜਾਣਗੀ ਕਿਹੜੇ ਕਿਹੜੇ ਮੂੰਹ ਨਾ ਪਰਿਵਾਰ ਚ ਵਸੇਗੀ ਕਿਤੇ ਸੁੱਤੀ ਸੁੱਤੀ ਝਾਲਤੀ ਆ ਹੁਣ ਇਹ ਨਿਸ਼ਾਨੀਆਂ ਸੁੱਤੀਆਂ ਔਗਣਾ ਵਿੱਚ ਸੁੱਤੀ ਹੋਈਆਂ ਝਾਲਤੀਆ ਬਡੇਪਾ ਆ ਗਿਆ ਵਕਾਰਾਂ ਦਾ ਬਡੇਪਾ ਆ ਗਿਆ ਤੇ ਭੁੱਲੀ ਵਾਟੜੀ ਆਸ ਜਿਓ ਵਾਟੜੀ ਆਸ ਦਾ ਕਹਿੰਦੇ ਰਸਤਾ ਭੁੱਲੀ ਹੋਈ ਹੈ ਔਗਣਾ ਵਾਲਾ ਰਸਤਾ ਗੁਣਾ ਵਾਲੇ ਰਸਤੇ ਤੋਂ ਖੁੰਝ ਕੇ ਤੇ ਔਗੁਣਾ ਵਾਲੇ ਰਾਹ ਪੈ ਗਈਆਂ ਫਿਰ ਅੱਗੇ ਕਹਿੰਦੇ ਨੇ ਤੈ ਸ਼ਹਿ ਨਾਲੋਂ ਮੁੱਤੀ ਇਸ ਉਹ ਜੀਵ ਸਤਰੀ ਫਿਰ ਆਪਣੇ ਸ਼ਹਿ ਨਾਲੋਂ ਜਿਹੜੀ ਆ ਉਹ ਵਿਛੜੀ ਹੋਈ ਆ ਦੁੱਖਾਂ ਨੂੰ ਤਰੀ ਆਸ ਜਿਓ ਦੁੱਖਾਂ ਨੂੰ ਤਰੀ ਆਸ ਜਰਤ ਕੀਆ ਵੀ ਦੁੱਖਾਂ ਨੇ ਹਮੇਸ਼ਾ ਜ਼ਿੰਦਗੀ ਵਿੱਚ ਡੇਰਾ ਲਾਇਆ ਹੋਇਆ ਆ ਦੁਖਾ ਨੇ ਆਪਣਾ ਟਿਕਾਣਾ ਬਣਿਆ ਆ ਪਰ ਅਖੀਰ ਤੇ ਕਹਿੰਦੇ ਨੇ ਦੁੱਧ ਗੁਣ ਮੈਂ ਸਭ ਔਗਣਾ हे ਮਾਲਕ ਜੀ ਰੱਬ ਜੀ ਤੁਸੀਂ ਗੁਣਾ ਦੇ ਭੰਡਾਰ ਹੋ ਮੇਰੇ ਵਿੱਚ ਔਗਣ ਬਹੁਤ ਨਹੀਂ ਇੱਕ ਨਾਨਕੀ ਅਰਦਾਸ ਜੀ ਉਹ ਨਾਨਕ ਦੀ ਇੱਕ ਬੇਨਤੀ ਆ ਨਾਨਕ ਦੀ ਇੱਕ ਅਰਦਾਸ ਵਾ ਕਿ ਸਭ ਰਾਤੀ ਸੁਹਾਗਣੀ ਸੁਹਾਗਣਾ ਨੂੰ ਸਾਰੀਆਂ ਰਾਤਾਂ ਮਿਲੀਆਂ ਨੇ ਪਾਵ ਸੁਹਾਗਣਾ ਸਦਾ ਹੀ ਤੇਰੇ ਵਿੱਚ ਇੱਕ ਵਿੱਚ ਹੋ ਕੇ ਜੀਵਨ ਜੀ ਹੁੰਦੀਆਂ ਨੇ ਮੈਂ ਦੁਹਾਗਣ ਕਾਈ ਰਾਤੀਓ ਮੈਨੂੰ ਦੁਹਾਗਣ ਨੂੰ ਵੀ ਕਿਤੇ ਇੱਕ ਰਾਤ ਮਿਲ ਜੇ ਮੈਂ ਵੀ ਸੁਹਾਗਣਾ ਵਾਲਾ ਜੀਵਨ ਜੀਉ ਸਕਾਂ ਇਹ ਹੁਣ ਸ਼ਬਦ 762 ਨੰਬਰ ਅੰਕ ਤੇ ਕੁਚੱਜੀ ਸਰਲੇਖੇਟ ਹੈ ਹੁਣ ਤੁਸੀਂ ਕੁਚੱਜਪਣਾ ਵੇਖ ਹੀ ਲਿਆ ਕਿਹੜਾ ਕੁਚੱਜਪਣਾ ਆ ਹੈ ਵੀ ਗੁਣਰੂਪੀ ਕੁੰਜਾਂ ਦੂਰ ਜਾ ਚਲ ਗਈਆਂ ਬਗਲੇ ਪਖੰਡ ਅੰਦਰ ਆਣ ਬੈਠੇ ਆ ਪਦਾਰਥਾਂ ਦਾ ਮੋਹ ਜ਼ਿੰਦਗੀ ਵਿੱਚ ਪਰਵਲ ਹੈ ਤੇ ਸੱਚ ਨਾਲ ਸਾਝ ਹੀ ਨਹੀਂ ਪਾਈ ਹੁਣ ਇਹ ਵੇਖਿਓ ਵੀ ਇਹ ਔਗਣ ਸਾਡੇ ਗ੍ਰਿਸ਼ਤੀ ਪਰਿਵਾਰਾਂ ਚ ਧੀਆਂ ਪੁੱਤਾਂ ਚ ਹੈਗੇ ਕਿ ਨਹੀਂ ਹੈਗੇ ਮਾਰਿਓ ਧਿਆਨ ਹੁਣ ਤੁਸੀਂ ਲਾਵਾਂ ਤੋਂ ਪਹਿਲਾਂ ਇਹਨਾਂ ਬਾਣੀਆਂ ਦੀ ਕਿਤੇ ਵਿਆਹੀ ਹੋਵੇ ਮੈਂ ਕਹਿੰਦਾ ਇਹੋ ਜਿਹਾ ਮਾਹੌਲ ਚਾਹੀਦਾ ਵੀ ਲੜਕੇ ਲੜਕੀ ਦਾ ਆਨੰਦ ਕਰ ਜੋਵੇ ਹਫਤਾ 15 ਦਿਨ ਪਹਿਲਾਂ ਘਰਾਂ 'ਚ ਦੀਵਾਨ ਸਜਣ ਗੱਲਾਂ ਬਾਤਾਂ ਤੁਸੀਂ ਆਪਣੇ ਪਰਿਵਾਰ 'ਚ ਬਹਿ ਕੇ ਵਿਚਾਰ ਕਰ ਲਓ ਇਦਾਂ ਸੌਖਾ ਤਰੀਕਾ ਕਿਸੇ ਨੂੰ ਬਾਹਰੋਂ ਨਾ ਬੁਲਾਓ ਤੁਸੀਂ ਆਪਸ 'ਚ ਬੈਠ ਕੇ ਬਾਣੀਆਂ ਦੀਆਂ ਵਿਚਾਰਾਂ ਕਰ ਲਓ ਚੰਗੇ ਸੰਸਕਾਰ ਤੇ ਸਾਡੇ ਪਤਾ ਕਹਿਣਗੇ ਉਹ ਲੜਕਾ ਲੜਕੀ ਅੱਗੇ ਬੈਠੇ ਹਣ ਕਹਿੰਦੇ ਹਣ ਭਾਈ ਸਾਹਿਬ ਜੀ ਲੜਕੇ ਲੜਕੀ ਨੂੰ ਮਤ ਦੇਣਗੇ ਹੁਣ ਦੱਸੋ 20 25 ਸਾਲਾਂ ਦੀ ਤੁਹਾਡੀ ਲੜਕੀ ਲੜਕਾ ਹੋ ਗਿਆ ਇਹਨੂੰ ਹੁਣ ਭਾਈ ਸਾਹਿਬ ਕੈਪਸੂਲ ਚ ਪਾ ਕੇ ਗੁਰਮਤ ਖਵਾ ਦੇਣਗੇ ਵੀ ਆਹ ਲੈ ਲਓ ਪਾਣੀ ਤੇ ਆਹ ਲੈ ਲਓ ਕੈਪਸੂਲ ਇਹ ਚ ਮੈਂ ਸਾਰੀ ਗੁਰਮਤ ਏਦਾਂ ਪੂਰੀ ਬਣ ਕੇ ਪਾਤੀ ਆ ਤੇ ਤੁਸੀਂ ਇਹਨੂੰ ਨਗਾਹ ਲਓ ਅੰਦਰ ਤੇ ਗੱਲ ਬਣ ਜਾਣੀ ਆ ਇਹ ਹੁਣ ਸਿੱਖਿਆ ਦੇਣ ਦਾ ਟਾਈਮ ਥੋੜਾ ਸਿੱਖਿਆ ਜਿਹੜੀ 25 30 ਸਾਲ ਲਈ ਆ ਨਾ ਉਹਦਾ ਅੱਜ ਇਗਜ਼ਾਮ ਆ ਉਹਦਾ ਅੱਜ ਪੇਪਰ ਵਾ ਇਮਤਿਹਾਨ ਆ ਅੱਜ ਲਾਵਾਂ ਤਾਂ ਹੁਣ ਇਮਤਿਹਾਨ ਸ਼ੁਰੂ ਹੋ ਗਿਆ ਹੁਣ ਸਿੱਖਿਆ 15 20 ਮਿੰਟਾਂ ਚ ਭਾਈ ਸਾਹਿਬ ਕੀ ਦੇ ਦੇਣਗੇ ਨਾਲੇ ਤੁਸੀਂ 25 30 ਸਾਲ ਤੁਸੀਂ ਵਿਗਾੜਿਆ ਹੁਣ ਭਾਈ ਸਾਹਿਬ 15 ਮਿੰਟਾਂ ਚ ਇਹਨਾਂ ਨੂੰ ਸੁਧਾਰ ਦੇਣੇ ਇਹ ਕਿੱਦਾਂ ਹੋ ਜੂ ਭਲਾ ਉਹਦੇ ਮਾੜਾ ਮੁਰਦਾ ਸਕਦੇ ਵੀ ਇਦਾਂ ਤੁਸੀਂ ਲਾਵਾਂ ਲੈਣੀ ਆ ਸਿੱਖਿਆ ਤੇ ਜਿਹੜੀ ਪਹਿਲਾਂ ਕੰਮ ਕਰਦੀ ਆ ਰਹੀ ਹੈ ਉਹਨੇ ਅਸਰ ਵਿਖਾਉਣਾ ਤੂੰ ਬੜਾ ਪਿਆਰਾ ਸ਼ਬਦ ਇਹ ਕੁਚੱਜੀ ਸਰਲੇਖ ਹੈਟ ਆ ਇਹਨੂੰ ਆਪਾਂ ਇਸ ਤੋਂ ਬਾਅਦ ਵੇਖਾਂਗੇ ਪਹਿਲਾਂ ਕੁਚੱਜੀ ਆ ਫਿਰ ਉਸ ਤੋਂ ਬਾਅਦ ਕੁਚ ਅੱਜ ਤੋਂ ਬਾਅਦ ਆਪਾਂ ਸੁਚੱਜੇ ਜੀਵਨ ਚ ਲੈ ਕੇ ਆਉਣਾ ਫਿਰ ਅੱਗੇ ਆਉਣਾ ਗੁਣਵੰਤੀ ਗੋਣਾ ਆ ਕੇ ਹੁਣ ਕਰੋ ਲਾਵਾਂ ਹੁਣ ਵੇਖਿਓ ਮਾਰੇਓ ਧਿਆਨ ਹੁਣ ਕਈਆਂ ਨੇ ਕੁਚੱਜੀਆਂ ਦੀਆਂ ਹੀ ਕੁਚੱਜੀਆਂ ਦੀਆਂ ਲਾਵਾਾਂ ਕਰਾ ਛੱਡੀਆਂ ਸੋ ਚੱਜ ਆਇਆ ਹੀ ਨਹੀਂ ਗੋਣ ਆਇਆ ਹੀ ਨਹੀਂ ਤਾਂ ਹੀ ਤੁਸੀਂ ਵੇਖੋ ਡਿਵੋਰਸ ਵੀ ਹੋ ਰਿਹਾ ਥੋੜੇ ਥੋੜੇ ਚਿਰਾਂ ਬਾਅਦ ਨਹੀਂ ਗੱਲ ਬਣ ਪਾਰੀ ਕਿਉਂਕਿ ਗੱਲ ਫਿਰ ਉੱਥੇ ਆਉਂਦੀ ਆ ਵੀ ਵੇਖੋ ਇੱਕ ਬੇਨਤੀ ਹੀ ਤੇ ਕਹਾਂ ਜਿਹੜੀ ਗੱਲ ਸੱਚੀ ਆ ਕੁਚੱਜ ਪੁਣਾ ਜੀਵਨ 'ਚ ਹੋਵੇ ਤਾਂ ਉਹਨੂੰ ਸਵੀਕਾਰ ਕਰਨਾ ਤੇ ਸਵੀਕਾਰ ਕਰਕੇ ਉਸ ਕੁਚੱਜ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਫਿਰ ਵੀ ਆਸ ਵੱਧਦੀ ਆ ਵੀ ਇਹ ਬੰਦਾ ਘਰ ਠੀਕ ਕਰ ਸਕਦਾ ਜਾਂ ਕਰ ਸਕਦੀ ਆ ਹੋਵੇ ਵੀ ਕੁਚੱਜ ਪੁਣਾ ਤੇ ਕੁਚੱਜ ਪੁਣਾ ਦਾ ਹੋਵੇ ਮਾਣ ਫੇਰ ਤੇਨੇ ਕੋ ਬਚਾ ਸਕਦਾ ਫਿਰ ਤੇ ਭਾਈ ਇਲਾਜ ਕੋਈ ਨਹੀਂ ਹੈਗਾ ਹੋ ਹੈ ਕੁਛ ਅਜਵਾ ਤੇ ਸਵੀਕਾਰ ਕਰ ਲਿਆ ਵੀ ਹੈਗਾ ਕਿ ਚਾਚਾ ਜੀ ਮੈਨੂੰ ਨਹੀਂ ਪਤਾ ਕਈ ਵਾਰੀ ਤੁਸੀਂ ਵੇਖਿਆ ਨਾ ਕਈ ਸਿਆਣੀਆਂ ਮਾਵਾਂ ਧੀ ਬਾਰੇ ਇਦਾਂ ਕਹਿੰਦੀਆਂ ਵੇਖੋ ਜੀ ਇਹ ਪੜ੍ਹੀ ਆ ਹੋਸਟਲਾਂ ਚ ਪੜ੍ਹੀ ਆ ਨਹੀਂ ਇਹਨੂੰ ਜੇ ਮਾੜਾ ਮੋਟ ਕਿਸੇ ਦਾ ਨਹੀਂ ਪਤਾ ਹੈਗਾ ਤੇ ਭੈਣ ਜੀ ਤੁਸੀਂ ਸਿਖਾ ਦਿਓ ਧੀ ਨੂੰ ਹੀ ਤਾਂ ਸਿਖਾਇਆ ਹੈ ਨਾ ਫੇਰ ਤੇ ਗੱਲ ਬਣ ਜਾਂਦੀ ਆ ਫੇਰ ਅੱਗੇ ਸੱਸ ਵੀ ਸੋਚਦੀ ਆ ਵੀ ਮੇਰੀ ਕੁੜਮਣੀ ਨੇ ਨਿਮਰਤਾ ਨਾਲ ਕਿਹਾ ਵਾ ਤੇ ਅੱਗੇ ਉਹ ਫਿਰ ਨੋ ਵੀ ਕਹਿੰਦੀ ਆ ਮੰਮੀ ਜੀ ਵੇਖੋ ਮੈਂ ਤੁਹਾਡੀ ਨੋ ਬਣ ਕੇ ਨਹੀਂ ਆਈ ਮੈਂ ਤੁਹਾਡੀ ਧੀ ਬਣ ਕੇ ਆਈ ਆ ਜਿੱਦਾਂ ਤੁਸੀਂ ਆਪਣੀ ਧੀ ਨੂੰ ਟ੍ਰੇਨਿੰਗ ਦਿੱਤੀ ਆ ਨਾ ਜੇ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਹੋਊਗਾ ਨਾ ਤੁਸੀਂ ਮੈਨੂੰ ਦੱਸ ਦੇਣਾ ਵਾ ਤੇ ਟ੍ਰੇਨਿੰਗ ਦੇ ਤੇ ਮੈਨੂੰ ਸਿਖਾ ਸਿਖਾ ਦਿਓ ਤੇ ਆਪਣਾ ਘਰ ਵਧੀਆ ਬਣਾ ਜੇ ਉਹ ਪਿੱਛੋਂ ਕਵੇ ਮੈਂ ਤਾਂ ਕਾਲਜ ਵਿੱਚ ਜੂਨੀਅਨ ਦੀ ਪ੍ਰਧਾਨ ਰਹੀ ਆ ਅਸੀਂ ਤਾਂ ਟੀਚਰ ਅੱਗੇ ਲਾ ਛੱਡੇ ਸੀ ਤੇ ਸੱਸ ਮੇਰੇ ਸਾਹਮਣੇ ਕੀ ਚੀਜ਼ ਆ ਫਿਰ ਤੇ ਭਾਈ ਫਿਰ ਜਿੰਨੇ ਮਰਜੀ 에어 ਕੰਡੀਸ਼ਨ ਲਾ ਲੋ ਫਿਰ ਤੇ ਅੱਗ ਬਲੂ ਬਲੂ ਕਰ ਜਾ ਫਿਰ ਤੇ ਭਾਂਬੜ ਮਚਣਗੇ ਮਚਣਗੇ ਆਹ ਪ੍ਰੋਬਲਮਾਂ ਨੇ ਸੁਭਾ ਦੀ ਪ੍ਰੋਬਲਮਾਂ ਤੇ ਭੱਜੇ ਜੋਤਿਸ਼ੀਆਂ ਕੋ ਫਿਰਦੇ ਆ ਭੱਜੇ ਪਾਂਧਿਆਂ ਡਾਕਟਰਾਂ ਕੋ ਫਿਰਦੇ ਆ ਵੈਦਾਂ ਕੋ ਭੱਜੇ ਫਿਰਦੇ ਆ ਜੀ ਫਲਾਣੇ ਵੈਦ ਫਲਾਣੇ ਬਾਬੇ ਨੇ ਜੜੀ ਬੂਟੀ ਦੇ ਦੇਣੀ ਹੈ ਕਿਸੇ ਕੋਲ ਕੁਝ ਨਹੀਂ ਹੈਗਾ ਕੁਚੱਜੀ ਸਰਲੇਖ ਏਟੇ ਸ਼ਬਦ ਨੂੰ ਧਿਆਨ ਨਾ ਪੜੋ ਤੋ ਕੁਚੱਜ ਆਪਣਾ ਠੀਕ ਕਰਨ ਦੀ ਕੋਸ਼ਿਸ਼ ਕਰੋ ਇਕੋ ਹੀ ਹੈ ਜਿਹੜੀ ਬੰਦੇ ਕੋਲ ਦਾਤ ਆਪਣੇ ਆਪ ਨੂੰ ਖੋਦ ਬੰਦਾ ਆਪ ਸੁਧਾਰ ਸਕਦਾ ਦੂਜਾ ਕੋਈ ਸੁਧਾਰ ਨਹੀਂ ਸਕਦਾ ਆਓ ਆਪਾਂ ਇਹ ਸ਼ਬਦ ਨੂੰ ਧਿਆਨ ਨਾ ਸਮਝੀਏ ਇਸ ਤੋਂ ਬਾਅਦ ਆਪਾਂ ਕੱਲ ਸੁਚੱਜੀ ਸਰਲੇਖ ਹੈ ਜਿਹੜਾ ਅਗਲਾ ਸ਼ਬਦ ਹੈ ਉਹਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਇਹਨੇ ਕ ਬਚਨ ਪ੍ਰਵਾਨ ਕਰਨੇ ਅਦਬ ਸਤਕਾਰ ਨਾਲ ਫਤਿਹ ਬਲਾਓ ਬੜੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ